ਕਰ ਛਿੱਤਰ ਕਰਨੇ ਲੋਕਾਂ ਦੇ ਅਸੀਂ ਜਵਾਬ ਦੇ ਪਾਉਣੇ ਆ ਜਿਹੜਾ ਹੁਣ ਰੇਲਵਾ ਰੋੜਿਆ ਉਹਦਾ ਜਵਾਬ ਦੇ ਕਿਹੜਾ ਅਫਸਰ ਹੈ ਮੈਨੂੰ ਦੱਸੋ ਸਾਨੂੰ ਦੱਸਿਆ ਮੈਂ ਤਾਂ ਮੀਟਿੰਗ ਦੇ ਵਿੱਚ ਨਹੀਂ ਅਦਰਵਾਈਜ਼ ਮੈਂ ਮੀਟਿੰਗ ਤੋਂ ਬਾਹਰ ਫਿਰ ਦੱਸੋ ਕਿਹੜਾ ਕਿਹੜਾ ਇੰਜੀਨੀਅਰ ਲਾਇਆ ਦਾ ਦੱਸੋ ਜੀ ਕੌਣ ਆ ਉਹਨੂੰ ਪੁੱਛ ਲਓ ਵੀ ਕੀ ਕਰਦਾ ਉੱਥੇ ਜਾ ਕੇ ਰੇਲਵੇ ਰੋਡ ਵਾਲਾ ਬਹੁਤ ਬੜੀ ਆਪਾਂ ਨੂੰ ਗ੍ਰਾਮ ਰੋਡ ਭਰਾ ਜੀ ਤੁਹਾਨੂੰ ਦੱਸੀ ਜਾਂਦੇ ਸਾਰਾ ਇਕੱਠਾ ਹੀ ਪਾਸ ਕਰ ਦਿੰਦਾ ਆ ਚਲੋ ਯਾਰ ਇੰਟਰਲੋਕ ਦਾ ਕੀ ਆਈਡੀਆ ਮੈਂ ਤਾਂ ਪਤਾ ਨਹੀਂ ਸਮਝ ਨਹੀਂ ਸਾਰਾ ਇਕੱਠਾ ਹੀ ਪਾਸ ਸਾਨੂੰ ਤਾਂ ਪਤਾ ਨਹੀਂ ਇੰਟਰਲੋਕ ਹੈ ਜੀ ਮੈਂ ਬਾਹਰ ਨਿਕਲ ਲੱਗੇ ਅੱਗ ਲੱਗੀ ਸੀ ਤਾਂ ਪੈਂਤੀ ਧਾਰਾ ਲੱਗੀ ਡਾਕਟਰ ਸਾਹਿਬ ਅੱਗ ਵੀ ਨੀ ਲਵਾਈ ਸੀ ਪਿਛਲੀ ਵਾਰ ਆਪਾਂ ਮਤਾ ਪਾਸ ਕੀਤਾ 2 ਕਰੋੜ 15 ਲੱਖ ਦਾ ਦੱਸੋ ਸਿੱਟੀ ਦਾ ਬੈਠੋ ਮੱਖਣ ਮੈਂ ਪਹਿਲਾਂ ਜਵਾਬ ਲੈਣਾ ਉਹਦਾ ਮਤਾ ਪਾਸ ਕੀਤਾ ਜੀ ਉਹ ਜਵਾਬ ਹੀ ਦੇਣ ਲੱਗੇ ਕੀ ਜਵਾਬ ਦੇਣ ਲੱਗੇ ਬਈ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੈਗੀ ਆ ਉਹ ਦੇਣ ਲੱਗੇ ਜਵਾਬ ਦੱਸੋ ਲੈ ਲਓ ਮੈਂ ਤਾਂ ਬੈਠੂਗਾ ਮੈਂ ਚੱਲ ਜਾਣਾ ਆ ਜਵਾਬ ਦਿਓ ਪਹਿਲਾਂ ਉਸ ਤੋਂ ਲਈਏ ਬੈਠੋ ਤੁਸੀਂ ਸਰ ਇਹ ਰੋਡ ਬਣੀ ਸੀ 2021 ਪਿਛਲੀ ਸਰਕਾਰ ਦੇ ਟਾਈਮ ਦੇ ਰੋਡ ਬਣੀ ਸੀ ਇਹ ਰੋਡ ਅਨਫੋਰਚੂਨੇਟਲੀ ਜਿਹਦੀ ਵੀ ਗਲਤੀ ਹੋਈ ਇਹ ਟੁੱਟ ਗਈ ਰੋਡ ਉਹਦੀ ਚੱਲਦੀ ਪਈ ਸੀ ਵਿਜੀਲੈਂਸ ਇਨਕੁਆਇਰੀ ਸਾਡੇ ਮਹਿਕਮੇ ਦੀ ਵਿਜੀਲੈਂਸ ਨੇ ਇਨਕੁਆਇਰੀ ਉਹ ਇਨਕੁਆਇਰੀ ਦੀ ਰਿਪੋਰਟ ਅਜੇ ਤੱਕ ਸਬਮਿਟ ਨਹੀਂ ਹੋਈ ਆਪਾਂ ਮੈਂ ਪਰਸੋਂ ਹੀ CVO ਸਾਹਿਬ ਨੂੰ ਆਪਾਂ ਪੁੱਛਿਆ ਉਹ ਕਹਿੰਦੇ ਡਿਸਕਸ਼ਨ 'ਚ ਪਈ ਸੈਕਟਰੀ ਸਾਹਿਬ ਹੁਣ ਇਹ ਰੋਡ ਦੀ ਅਸੀਂ ਦੁਬਾਰਾ ਮਤਾ ਪਾਸ ਕਰਤਾ ਹੁਣ ਉਹਦੇ ਵਿੱਚ ਜਿਹੜੀ ਪਾਣੀ ਦੀ ਪਾਈਪਲਾਈਨ ਆ ਉਹ ਬਹੁਤ ਪੁਰਾਣੀ ਆ 1965-70 ਦੀ ਹੈਗੀ ਆ ਉਹ ਵਾਰ ਵਾਰ ਟੁੱਟਦੀ ਉਹਦੀ ਲੀਕੇਜ ਹੁੰਦੀ ਹੈ ਜਿਸ ਕਰਕੇ ਰੋਡ ਡੈਮੇਜ ਹੁੰਦੀ ਹੈ ਜੋ ਹੁਣ ਅਸੀਂ ਪਾਣੀ ਵਾਲਿਆਂ ਨੂੰ ਉਹਨਾਂ ਨੂੰ ਲਿਖ ਕੇ ਭੇਜਿਆ ਵੀ ਅਸੀਂ ਇਹ ਰੋਡ ਦੇ ਦੁਆਰਾ ਪਾਈਪਲਾਈਨ ਦੋਨੋਂ ਪਾਸੇ ਆਪਾਂ ਪਾਣੀ ਆ ਅਤੇ ਉਹ 9 ਕਰੋੜ ਦਾ ਉਹਨਾਂ ਦਾ ਕੋਈ ਪ੍ਰੋਜੈਕਟ ਮਨਜ਼ੂਰ ਹੋਇਆ 9.5-9 ਕਰੋੜ ਦਾ ਉਹ ਕਹਿੰਦੇ ਅਸੀਂ ਉਹਦੇ ਵਿੱਚ ਦੋਨੋਂ ਪਾਸੇ ਪਾਈਪ ਨਵੇਂ ਸਿਰੋਂ ਪਾ ਦੇਣੀ ਉਸ ਤੋਂ ਬਾਅਦ ਅਸੀਂ ਇਹ ਰੋਡ 215 ਲੱਖ ਦੀ ਨਾ ਮੇਰੀ ਕੰਪੀਟੈਂਸੀ ਆ ਮੇਰੀ ਕੰਪੀਟੈਂਸੀ ਵੀ 50 ਲੱਖ ਰੁਪਏ ਦੀ ਮੇਰੇ ਕੋਲ ਹੈਗੀਆਂ 16 ਕਮੇਟੀਆਂ
ਦੋ ਜ਼ਿਲ੍ਹਿਆਂ ਦਾ ਚਾਰਜ ਆ। ਸੋ ਮੇਰੀ 50 ਲੱਖ ਦੀ ਕੰਪੀਟੈਂਸੀ ਅਸੀਂ ਤਾਂ ਕਰਕੇ ਭੇਜਤਾ, ਹੁਣ ਦੋ ਚੀਫ ਇੰਜੀਨੀਅਰ 2 ਕਰੋੜ ਤੋਂ ਉੱਪਰ ਦੋ ਚੀਫ ਇੰਜੀਨੀਅਰਾਂ ਦੀ ਕੰਪੀਟੈਂਸੀ ਅਤੇ ਇਹਦੀ ਸਾਡੀ ਕਮੇਟੀ ਦੀ ਐਡਮਿਨਿਸਟ੍ਰੇਟਿਵ ਅਪਰੂਵਲ, ਇਹ 50 ਲੱਖ ਦਾ ਕੰਮ ਆਪਾਂ ਵੀ 50 ਲੱਖ ਦੀ ਕਮੇਟੀ ਕਰ ਸਕਦੀ, ਇਹ ਡਾਇਰੈਕਟਰ ਸਾਹਿਬ ਨੂੰ ਅਸੀਂ ਕੇਸ ਭੇਜਤਾ। ਉਹ ਸਰ ਰੋਡ ਡੈਮੇਜ ਹੋ ਗਈ ਸੀ ਨਾ ਜੀ, ਉਹ ਸਾਲ ਵਿੱਚ 6 ਮਹੀਨੇ ਡੈਮੇਜ ਹੋ ਗਈ ਸਾਰੀ ਉਸ ਸਾਲ ਦੇ ਵਿੱਚ। ਉਹਦੇ ਵਿੱਚ ਮੈਨੂੰ ਜਾਣਕਾਰੀ ਮਿਲੀ ਸੀ ਜਿਹੜੇ ਠੇਕੇਦਾਰ ਸੀ ਉਹਨਾਂ ਕੋਲ ਪੈਸੇ 16 ਲੱਖ ਰੁਪਏ, ਜਿਹੜਾ ਕੋਈ ਬੰਦਾ ਪਹਿਲਾਂ ਪੈਸੇ ਲੈ ਜਾਂਦਾ ਸਰਕਾਰੀ ਵਾਪਸ ਜਮ੍ਹਾਂ ਕਰਾਉਂਦਾ ਗਿਆ, ਉਹਦੇ ਖਿਲਾਫ਼ ਉਹ ਫਿਰ ਮੁਲਾਜ਼ਮਾਂ ਦੀ ਗਲਤੀ ਆ ਨਾ, ਕਾਰਵਾਈ ਉਹਦੇ ਖਿਲਾਫ਼ ਬਣਦੀ ਹੈ ਨਹੀਂ? ਜਿਹੜਾ ਮੌਕੇ ਦਾ ਅਫਸਰ ਦੀ ਸਾਡੀ ਰਿਪੋਰਟ ਉਹਨਾਂ ਨੇ ਸਬਮਿਟ ਕੀਤੀ ਨਾ ਸੈਕਟਰੀ ਸਾਹਿਬ ਦੇ ਟੇਬਲ ਤੇ ਆਈ, ਮੰਤਰੀ ਦੀ ਮੀਟਿੰਗ ਦੇ ਵਿਚ ਸਾਰੇ ਗੱਲਬਾਤ ਹੋਈ ਆ, ਮੈਂ ਸਾਰਾ ਕੇਸ ਰੱਖਿਆ ਉੱਥੇ ਰੇਲਵੇ ਰੋਡ ਦਾ ਵੀ ਏਦਾਂ ਹੋਇਆ ਏਦਾਂ, ਉਹਨਾਂ ਨੇ ਇਹਨਾਂ ਨੂੰ ਕਿਹਾ ਬਣਾਓ ਮਨਜ਼ੂਰੀ ਦਿੰਦੇ ਆ ਬਲਕਾਰ ਸਿੰਘ ਉਹਨਾਂ ਨੇ, ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ ਬਾਅਦ ਜਿਹੜੀ ਮੀਟਿੰਗ ਕੀਤੀ 2 ਕਰੋੜ 15 ਲੱਖ ਰੁਪਏ ਦਾ ਇਹਨਾਂ ਨੇ ਐਸਟੀਮੇਟ ਪਾਸ ਕੀਤਾ, ਉਹ ਐਸਟੀਮੇਟ ਲੈ ਕੇ ਪਿਛਲੇ ਹਫ਼ਤੇ ਮੈਂ ਚੰਡੀਗੜ੍ਹ ਗਿਆ, ਉਹ ਮੇਰਾ ਖਿਆਲ ਅੱਜ ਕੱਲ੍ਹ ਦੇ ਵਿੱਚ ਜੀ ਉੱਥੋਂ ਮੈਂ ਜਿਹੜਾ ਚੀਫ ਨੂੰ ਜਾਣਾ ਸੀ ਚੀਫ ਤੱਕ ਪਹੁੰਚਾਇਆ ਸੀ, ਮੇਰਾ ਖਿਆਲ ਅੱਜ ਜਾਂ ਕੱਲ੍ਹ 'ਚੋਂ ਪਾਸ ਹੋ ਗਿਆ ਜਾਣਾ, ਉਹਦਾ ਲਾਊਗੇ ਟੈਂਡਰ ਕਮੇਟੀ ਵਾਲੇ ਮਹੀਨੇ ਸਵਾ ਮਹੀਨੇ 'ਚ, ਉਹ ਸੜਕ ਮੈਨੂੰ ਉਮੀਦ ਆ ਜੇ ਪਰਮਾਤਮਾ ਨੇ ਜਾਇਦ ਆਉਂਦੇ 2-3 2 ਕੁ ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜੂਗੀ। ਸਾਡਾ ਕਹਿਣ ਦਾ ਮਤਲਬ ਸੇਤੀ ਦਾ ਵੀ ਟੈਂਪਰੇਰੀ ਮਸਲਾ ਜਿਹੜਾ ਇਸ ਵੇਲੇ ਪ੍ਰਧਾਨ ਜੀ ਉੱਤੇ ਗੇਰੀ ਪਵਾਤੀ ਆ, ਉਹ ਕਦੋਂ ਪਵਾਈ ਆ? ਕਦੋਂ ਪਵਾਈ ਆ ਗੇਰੀ? ਪਰਸੋਂ। ਤੁਸੀਂ ਪਰਸੋਂ ਪਵਾਈ ਗੇਰੀ, ਤੁਸੀਂ ਤਾਂ ਕਮੇਟੀ ਦੀ 2 ਲੱਖ ਰੁਪਇਆ ਤਨਖਾਹ ਲੈਣੇ ਆ, ਤੁਸੀਂ ਮੈਨੂੰ ਇੱਕ ਦਿਨ ਦੱਸੋ ਤੁਸੀਂ ਰੇਲ ਰੋਡ ਤੇ ਕਿੱਦਾਂ ਜਾ ਕੇ ਦੀ? ਮੈਂ ਤਾਂ ਬਹੁਤ ਵਾਰੀ ਆ ਲੋ, ਮੈਂ ਕੈਮਰੇ ਕਢਾ ਲਵਾਂ। ਹਾਂਜੀ ਮੈਂ ਕੈਮਰੇ ਕਢਾ ਲਵਾਂ। ਤੁਸੀਂ ਆ ਕੇ ਇੱਥੇ ਬਹਿ ਕੇ ਚੱਲ ਜਾਂਦੇ ਆ, ਲੋਕਾਂ ਦੀਆਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਆ, ਤੁਸੀਂ 2-2 ਲੱਖ ਰੁਪਇਆ ਤਨਖਾਹ ਬੰਨੇ, ਤੁਹਾਡੀ ਕੋਈ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਕਿਸੇ 'ਚ। ਤੁਸੀਂ ਉੱਥੇ ਗਏ ਆ, ਤੁਸੀਂ ਸਾਨੂੰ, ਮੈਂ ਉੱਥੇ ਮੌਜੂਦਾ ਕੌਂਸਲਰ ਆ, ਮੈਂ ਅਸੀਂ ਐਸਟੀਮੇਟ ਬਣਾਇਆ ਆ ਵੀ ਟੈਕਨੀਕਲ, ਤੁਸੀਂ ਸਾਨੂੰ ਸੱਦਿਆ ਉੱਥੇ ਵੀ ਮੈਂ ਇੱਥੇ ਆਇਆ, ਟਿਕਟਾਂ ਨਹੀਂ ਪਾਈ ਤੁਸੀਂ ਸੱਦਿਆ ਮੈਨੂੰ ਕਿਨੋ ਜੀ? ਤੁਸੀਂ ਮੈਂ ਤੁਸੀਂ ਕਹਿੰਦੇ ਮੈਂ ਗਿਆ, ਮੈਂ ਮੌਜੂਦਾ ਕੌਂਸਲਰ ਆ, ਤੁਸੀਂ ਮੈਨੂੰ ਸੱਦਿਆ ਉੱਥੇ ਕਿਨੋ? ਤੁਸੀਂ ਮੈਨੂੰ ਸੱਦਿਆ ਉੱਥੇ ਤੇ ਤੁਸੀਂ ਗਏ ਆ, ਨਾਲੇ ਤੁਸੀਂ ਕਹਿੰਦੇ ਕੇਸ ਚੱਲਦਾ, ਨਾਲੇ ਤੁਸੀਂ ਕਹਿੰਦੇ ਮੈਂ ਉੱਥੇ ਉਹ ਕਰਕੇ ਆਇਆ, ਕੀ ਕਰਕੇ ਆਇਆ ਤੁਸੀਂ ਉੱਥੇ? ਕੀ ਕਰਕੇ ਆਏ ਜੀ? ਮੈਂ ਤਾਂ ਐਸਟੀਮੇਟ ਨੂੰ ਸੈਂਕਸ਼ਨ ਦੇਣੀ, ਮੈਂ ਦੇਤੀ ਹੈ ਜੀ ਇਹਦੀ, ਆਪਾਂ ਨੂੰ ਇਹਨਾਂ ਆਪਾਂ ਫਾਰਮ ਕਰ ਚੱਲੇ ਆ, ਆਪਾਂ ਇਹਨਾਂ ਦੇ ਇੱਕ, ਮੈਂ ਚਲੋ ਹਜੇ ਨਹੀਂ ਜ਼ਾਹਰ ਕਰਨਾ, ਇੱਕ ਕਿਸੇ ਮੁਲਾਜ਼ਮ ਨੇ ਬੀਟੈਕ ਦੀ ਡਿਗਰੀ ਜਿਹੜੀ ਆ 4 ਸਾਲਾਂ ਦੀ ਆ, 1 ਸਾਲ 'ਚ ਲਈ ਹੋਈ ਆ, ਮੈਂ ਵਿਜੀਲੈਂਸ ਨੂੰ ਦੇ ਕੇ ਫਿਰ ਤੁਹਾਨੂੰ ਯਾਦ ਕਰੂੰਗਾ ਵੀ ਮੈਂ ਉਹ, ਮੈਂ ਕਰ ਲਓ ਆਪਣੀ ਮੀ ਬਜਟ ਦਾ, ਮੈਂ ਨਹੀਂ ਕਰਨੀ ਮੀਟਿੰਗ ਬਜਟ ਦਾ, ਬਜਟ ਇਹ ਬਜਟ ਮੇਰੀ ਗੱਲ ਸੁਣ, ਮੈਂ ਮੰਨਦਾ ਆ, ਪਰ ਇਹਨਾਂ ਦੀ ਜ਼ਿੰਮੇਵਾਰੀ ਕੀ ਆ? ਜ਼ਿੰਮੇਵਾਰੀ ਆਪੇ ਫਿਕਸ ਕਰ ਲਓ, ਕਿਹਾ ਕਾਹਦੀ ਫਿਕਸ ਕਰ ਲਓ? ਬੋਲਦੇ ਹੋ ਜੋ ਕਰਨਾ ਲਿਖਾ ਲਈ, ਜਿਹੜੀ ਪਿਛਲੀ ਮੀਟਿੰਗ ਦੇ ਵਿੱਚ ਕਿਹਾ ਸੀ, ਮੈਂ ਦੱਸੋ ਕਿਹੜੀ ਜ਼ਿੰਮੇਵਾਰੀ ਦੱਸੋ ਬਾਈ, ਜ਼ਿੰਮੇਵਾਰੀਆਂ ਤਾਂ ਇਹਨਾਂ ਨੇ ਦੱਸੋ ਕਿਹਨੇ ਜ਼ਿੰਮੇਵਾਰੀ? 2 ਲੱਖ ਤਨਖਾਹ ਲੈਂਦੇ ਆ, ਇਹਨਾਂ ਨੇ ਜਾ ਕੇ ਕੁਛ ਨੀ ਦੇਖਣਾ ਗੱਲ ਦਾ। ਹੁਣ ਮੈਨੂੰ ਇੱਕ ਮਿੰਟ, ਮੈਂ ਕਲੀਅਰ ਕਰ ਰਿਹਾ, ਮੈਨੂੰ ਗੱਲ ਦਾ ਕਰੋ, ਮੈਂ ਨਹੀਂ ਮੀਟਿੰਗ ਕਰ ਲੈਂਦੇ ਆਪਾਂ ਚੱਲੇ, ਜਿਹੜੇ ਮੁਲਾਜ਼ਮ ਦੀ ਜਿਹੜੀ ਜ਼ਿੰਮੇਵਾਰੀ ਆ, ਹੈਲੋ ਮੈਂ ਤੁਹਾਨੂੰ ਗੱਲ ਦੱਸ ਦੂੰ, ਜਿਹੜੇ ਮੁਲਾਜ਼ਮ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਫਿਕਸ ਕਰੋ, ਜਿਹਦੀ ਨਲੈਕੀ ਆ ਮਤਲਬ ਉਹ ਅੱਗੇ ਅਗਲੀ ਮੀਟਿੰਗ ਦੇ ਵਿੱਚ ਪੇਸ਼ ਕਰੋ ਵੀ ਇਹਦੀ ਗਲਤੀ ਆ। ਦੇਖੋ ਮੇਰੀ ਗੱਲ ਸੁਣੋ, ਮਾਇੰਡ ਨਾ ਕਰਿਓ ਐਵੇਂ ਨਾ, ਮੈਂਬਰਾਂ ਦੇ ਵਿੱਚ ਜਾਂ ਤੁਹਾਡੇ ਅਫਸਰਾਂ ਦੇ ਵਿੱਚ ਤਕਰਾਰ ਹੋਵੇ, ਚੰਗੀ ਗੱਲ ਨਹੀਂ, ਇਹ ਸਿਆਣਾ ਉਹ ਤਾਂ ਹੋਈ ਜਾਂਦਾ ਜੀ। ਇੱਕ ਮਿੰਟ ਮੱਕਣ ਜੀ ਗੱਲ ਦਾ ਜਵਾਬ, ਤੁਸੀਂ ਘਰ ਦੇ ਹੈੱਡ ਮਾ, ਮਤਲਬ ਇਹ ਮੁੱਦੇ ਨਹੀਂ ਉੱਠਣੇ ਚਾਹੀਦੇ, ਮਤਲਬ ਸਮਝਦੇ ਨਾ ਮੇਰੀ ਗੱਲ, ਇਹ ਮਾੜਾ ਜਿਹਾ ਧਿਆਨ ਦਿਓ।
ਅਫਸਰ ਨਹੀਂ ਮੇਰੀ ਗੱਲ ਤੁਸੀਂ ਉੱਪਰ ਡਾਇਰੈਕਟਰ ਨੂੰ ਲਿਖ ਕੇ ਭੇਜੋ ਵੀ ਭਾਈ ਮੇਰਾ ਮੈਂ ਆ ਸੀਗਾ ਸਾਡਾ ਥੋੜਾ ਮੈਂ ਆਉਣਾ ਸੀ ਅੱਜ ਪੁਲਿਸ ਤੋਂ ਨਹੀਂ ਪਤਾ ਆਪਾਂ ਵੀ ਇੱਥੇ ਸੀਗੇ ਜਿੱਥੇ ਜ਼ਰੂਰੀ ਆ ਕੋਈ ਨਹੀਂ ਆਉਂਦਾ ਉਹਦੇ ਪਿੱਛੇ ਅਫਸਰ ਨੇ ਕੋਈ ਸ਼ਹਿਰ ਦਾ ਜਾ ਕੇ ਗੇੜਾ ਮਾਰ ਕੇ ਨਹੀਂ ਦੇਖਿਆ ਇੱਥੇ ਕਿਤੇ ਕਿਆ ਹੋਇਆ ਵੱਡਾ ਸਵਾਲ ਆ ਇਹ ਨਾ ਤੂੰ ਕਹਿੰਦਾ ਮੈਨੂੰ ਨਾ ਹਵਾ ਚੁੜਦਾ ਤੁਸੀਂ ਸਾਰਾ ਪ੍ਰਸ਼ਾਸਨ ਨਗਰ ਕੌਂਸਲ ਦਾ ਲੈ ਕੇ ਸੀਗੇ ਐਸ ਪੀ ਓ ਸੀ ਬੋਲਦਾ ਦੋ ਗਲੀਆਂ ਸੀ ਪਾਉਂਦੇ ਉਹਨਾਂ ਤੁਹਾਨੂੰ ਵਾਅਦਾ ਕੀਤਾ ਸੀ ਈ ਓ ਸਾਹਿਬ ਰਾਮ ਪ੍ਰਕਾਸ਼ ਜੀ ਪਲੱਸ ਅਤੇ ਐਸ ਪੀ ਓ ਅਮਜੂਦ ਇੱਥੇ ਬੈਠੇ ਆ ਕਿ ਸਾਰੇ ਲੈਜੀ ਵੀ ਦੋ ਗਲੇ ਚਾਰ ਤੁਸੀਂ ਸੀਰ ਪੜੂੰਗਾ ਹਫ਼ਤੇ ਦੇ ਨੰਬਰ ਹਫ਼ਤੇ ਅੱਠ ਮਹੀਨੇ ਬਣ ਅੱਠ ਮਹੀਨੇ ਨਾ ਤਾਂ ਤੁਸੀਂ ਕੁਛ ਉਹਦੇ ਬਾਰੇ ਸੋਚਿਆ ਮੈਂ ਤਾਂ ਰੌਲਾ ਪਾਪਾ ਥੱਕ ਚੁੱਕਾ ਮੇਰੀ ਕੋਈ ਉੱਤੇ ਸੁਣਾਈ ਤੁਸੀਂ ਵੀ ਉਹ ਗੱਲ ਕਹਿ ਕੇ ਹੁਣ ਇੰਪਲੀਮੈਂਟਰੀ ਅਮਰੂਪ ਨਹੀਂ ਦੇ ਸਕਦੇ ਮੇਰੇ ਲਈ ਤਾਂ ਔਖਾ ਤਾਂ ਸਮਾਜ ਦੇ ਵੀ ਔਖਾ ਭਗਤੀ ਵੀ ਔਖਾ ਮਾੜੀ ਗੱਲ ਹੈ ਅਗਲੀ ਗੱਲ ਐਮ ਵੀ ਸਾਹਿਬ ਤੁਸੀਂ ਜਵਾਬ ਦਿਓ ਆਪਾਂ ਇੱਕ ਨੋਟਿੰਗ ਉਸੇ ਅਖਬਾਰ 'ਤੇ ਆ ਗਿਆ ਮਤਲਬ ਢਾਈ ਸਾਲ ਹੋ ਗਏ ਇੱਕ ਜਿਹੜਾ 36 ਲੱਖ ਦਾ ਮੇਰਾ ਕੰਮ ਪਾਸ ਹੈ ਉਹ ਨੋਟਿੰਗ ਕਿਉਂ ਨਹੀਂ ਲੱਗ ਰਹੀ ਨਹੀਂ ਸਰ ਨਹੀਂ ਠੀਕ ਹੈ ਤਾਂ ਨਹੀਂ ਲੱਗੀ ਹਰ ਮਿੰਟ ਨੇ ਇਹ ਖੇਪਰ ਦਾ ਸਸਪੈਂਡ ਕਰਾਦਿਆ ਜੀ ਕਿੱਥੇ ਜਾਈਏ ਡਾਕਟਰ ਸਾਹਿਬ ਆਪਾਂ ਪਿਛਲੀ ਮੀਟਿੰਗ ਦੇ ਵਿੱਚ ਕਿਹਾ ਸੀ ਜਿਹੜੇ ਵਰਕ ਆਰਡਰ ਆਪਾਂ ਦਿੱਤੇ ਹੋਏ ਆ ਉਹਨਾਂ ਦੇ ਕੰਮ ਕਿੰਨਾ ਚਿਰ ਹੋ ਗਿਆ ਵਰਕ ਆਰਡਰ ਇੱਕ 12ਵੇਂ ਮਹੀਨੇ ਤੋਂ ਲੈ ਕੇ ਸਟੇਸ਼ਨ ਤੱਕ ਦੂਜਾ ਇੰਡੀਅਨ ਬੈਂਕ ਦੀਆਂ ਗੱਲਾਂ ਆਪਾਂ ਪਿਛਲੀ ਮੀਟਿੰਗ ਚ ਕਿਹਾ ਸੀ ਵੀ ਉਹਨਾਂ ਨੂੰ ਨੋਟਿਸ ਕੱਢੋ ਦੱਸੋ ਕਿਹਨੇ ਨੋਟਿਸ ਕੱਢੇ ਜੀ ਨੋਟਿਸ ਦੱਸੋ
ਮੈਂ ਸਾਰੇ ਕੌਂਸਲਰ ਸਾਹਿਬਾਨ ਨੂੰ ਬੇਨਤੀ ਕਰਦਾ ਔਰ ਵਾਅਦਾ ਕਰਦਾ ਕਿ ਆਉਂਦੇ 7 ਦਿਨਾਂ ਦੇ ਵਿੱਚ ਜਿਹੜੇ ਜਿਹੜੇ ਠੇਕੇਦਾਰ ਕੋ ਕੰਮ ਹੈਗਾ ਮੈਂ ਸ਼ੁਰੂ ਕਰਵਾਉਂਗਾ, ਨਹੀਂ ਤਾਂ ਅਗਲੀ ਮੀਟਿੰਗ ਦੇ ਵਿੱਚ ਜਵਾਬ ਦੇ ਬਣੂੰਗਾ, ਚਾਹੇ ਮੈਂ ਉਸ ਸੀਟ ਤੇ ਬੈਠਾ ਹੋਵਾਂ। ਮਸਲਾ ਜਿਹੜੇ ਜਿਹਨਾਂ ਕੋਲ ਟੈਂਡਰ ਹੋਏ ਆ, ਜਿਹੜੇ ਕੰਮਾਂ ਦੇ ਟੈਂਡਰ ਹੋਏ ਆ, ਵਰਕ ਆਰਡਰ ਦਿੱਤੇ ਆ, ਜਿਹੜਾ ਠੇਕੇਦਾਰ ਨਹੀਂ ਕਰੂਗਾ ਆਉਂਦੀ ਮੀਟਿੰਗ ਦੇ ਵਿੱਚ ਉਹਦੇ ਖਿਲਾਫ ਕਾਰਵਾਈ ਕਰਵਾਈ ਕਰਾਵਾਂਗੇ। ਡੇਢ ਸਾਲ ਹੋ ਗਏ ਇਹਨੂੰ, ਗੱਲ ਨੂੰ ਚੈਪਟਰ ਖਤਮ ਕਰੋ। ਜਿਹੜੇ ਜਿਹੜੇ ਅਫਸਰ ਦੀ ਜ਼ਿੰਮੇਵਾਰੀ ਆ ਉਹਨੂੰ ਫਿਕਸ ਕਰਿਓ, ਮੇਰੀ ਗੱਲ ਸੁਣੋ, ਕੋਈ ਡਰ ਡੁਰ ਦੀ ਗੱਲ ਨਹੀਂ। ਤੁਹਾਡਾ ਕਹਿਣਾ ਨੀ ਮੰਨਦਾ, ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਸੀਵਰੇਜ ਦਾ ਟੈਂਡਰ ਆਉਣ ਲੱਗਾ। ਜਿਹੜੀ ਗੱਲ ਤੁਸੀਂ, ਮੇਰੀ ਗੱਲ ਇੱਕ ਮਿੰਟ ਮੇਰੀ ਸੁਣੋ, ਹੁਣ ਮੈਂ ਕੁਛ ਵੀ ਨਹੀਂ ਵਾਸਤਾ ਲਿਆ ਤੇ ਕੁਛ ਵੀ ਨਹੀਂ ਹੋਣਾ। 2 ਮਿੰਟ ਲੈ ਕੇ ਲੈ ਲਓ, ਜਾਏ ਵਾਸਤਾ ਲਿਆ। ਇੱਧਰ ਸੁਣ, ਕੁਛ ਵੀ ਨਹੀਂ ਕਾਂਗਰਸੀ ਨੀ ਕਹਿੰਦਾ ਪਿਆ, ਬੱਲੇ ਕਹਿੰਦਾ ਪਿਆ, ਨਾਲੇ ਇੱਥੇ ਬੇਟਾ ਤੂੰ ਕੀ ਕਰਦਾ ਸੀ, ਤੂੰ ਆਪਣੇ ਬਾੜ ਚ ਪਾਣੀ ਨੀ ਪਵਾ ਸਕਿਆ, 4 ਵਾਰੀ ਉੱਥੇ ਉਦਘਾਟਨ ਕਰਾ ਲਿਆ, ਪੱਥਰ ਲਵਾ ਲੇ, 4 ਵਾਰੀ ਤੂੰ ਪੱਥਰ ਲਵਾਏ ਆ। ਤੈਨੂੰ ਮੈਂ ਕਿਹਾ ਵੀ ਕੱਲ ਨੂੰ ਕੰਮ ਸ਼ੁਰੂ ਹੋਣਾ, ਕਹਿੰਦਾ ਮੈਂ ਤਾਂ ਉਹਨਾਂ ਕੋਲ ਉਦਘਾਟਨ ਕਰਾਉਣਾ। ਮੈਂ ਕਿਹਾ ਕਰਾ ਲਾ ਭਾਈ, ਤੂੰ ਉਦਘਾਟਨ ਵੀ ਉਹਨਾਂ ਕੋਲ ਕਰਾਇਆ, ਪੱਥਰ ਵੀ ਉਹਨਾਂ ਦੇ ਨਾਂ ਦਾ ਲਵਾਇਆ, ਤੈਨੂੰ ਨੀ ਪਤਾ ਲੱਗਾ ਤੂੰ ਜੇ ਕਾਂਗਰਸ ਆ ਗਿਆ ਪ੍ਰਧਾਨ ਸਾਹਿਬ। ਪਹਿਲਾਂ ਪੁੱਛੋ ਪੱਥਰ ਤਾਂ ਘਰ ਨੂੰ ਲੈ ਗਿਆ, ਇਹਨੇ ਕਰਾਇਆ ਕੰਮ। ਤੁਸੀਂ ਬੱਲੂ ਨਾਲ ਗੱਲ ਕੀਤੀ, ਹਾਂਜੀ, ਕੁਛ ਨੀ ਹੋਇਆ, ਕੁਛ ਨੀ ਹੋਇਆ। ਸਚਿਨ ਦੀ ਗੱਲ ਕੀਤੀ, ਸਸਪੈਂਡ ਹੋ ਗਿਆ ਤਾਂ ਨੀ ਕੰਮ ਹੁੰਦਾ। ਤੁਸੀਂ 5 ਸਾਲ ਦਾ ਉਹਦਾ ਕਾਰਗੁਜ਼ਾਰੀ, ਸਚਿਨ ਦੇ ਸਮੇਂ ਦੀ ਕਾਰਗੁਜ਼ਾਰੀ ਕੰਪੈਰੀਜ਼ਨ ਕਰਨਾ ਆਪਾਂ, ਕਿੰਨੇ ਕੰਮ ਉਦੋਂ ਹੋਏ, ਕਿੰਨੇ 5 ਸਾਲ ਜੋ ਹੋਏ, ਆਪਾਂ ਕਰਨਾ ਕੰਪੈਰੀਜ਼ਨ। ਟੈਂਡਰ 2 ਮਿੰਟ ਅੱਜ ਜਿਹੜੇ ਤੁਸੀਂ ਟੈਂਡਰਾਂ ਦੀ ਗੱਲ, ਅੱਜ ਟੈਂਡਰਾਂ ਦੀ ਗੱਲ ਕਰਦੇ ਆਂ, ਜੇ ਟੈਂਡਰ ਲੱਗੇ ਆ, ਜੇ ਟੈਂਡਰ ਹੋਏ ਆ, ਅੱਜ ਕਹਿੰਦੇ ਵਰਕ ਆਰਡਰ ਹੋ ਗਏ, ਕਿਹੜੇ ਟਾਈਮ ਚ ਹੋਏ ਆ? ਨਹੀਂ, ਉਹਨੇ ਸਾਈਨ ਨਹੀਂ ਕੀਤੇ ਟੈਂਡਰਾਂ ਦੇ, ਔਨ ਰਿਕਾਰਡ ਐਜ਼ ਏ ਪ੍ਰੈਜ਼ੀਡੈਂਟ ਤੁਸੀਂ ਕਮੇਟੀ ਚ ਕਹਿ ਕੇ ਮੁੱਕਰ ਗਿਆ ਉਹ ਬੰਦਾ। 5 ਸਾਲ ਦਾ ਨਹੀਂ ਕਹਿੰਦਾ, ਕੰਮ ਤਾਂ ਰੁਕਿਆ। ਡਾਕਟਰ ਸਾਹਿਬ ਗੱਲ ਸੁਣੋ, 5 ਸਾਲ ਦਾ ਦੋ ਸਾਲ ਹੀ ਆ, ਵੇਟ ਕਰ ਲਓ। ਸਚਿਨ ਜਿੰਨਾ ਚਿਰ ਬੈਠਾ ਉਹਨਾਂ ਚਿਰ ਦਾ ਕੱਢ ਕੇ ਦੇ ਲਓ, ਸਾਡਾ 1 ਸਾਲ ਦਾ ਕੱਢ ਕੇ ਦੇ ਲਓ। 1 ਸਾਲ ਅੱਜ ਇਸ ਤਰ੍ਹਾਂ ਦੇ ਹੋ ਗਏ, ਹੋਏ ਨਹੀਂ, ਹੁੰਦੇ ਹੀ ਆ 1 ਮਿੰਟ ਕਿਹੜੇ ਕੰਮ ਹੋ ਰਿਹਾ ਤੇਰੇ? 1 ਮਿੰਟ ਜਾ ਕੇ 1 ਮਿੰਟ ਤੁਹਾਡੇ ਵੇਲੇ ਦਾ ਸਚਿਨ ਵੇਲੇ ਦਾ ਸਾਡਾ ਦੋਸਤ ਪ੍ਰਧਾਨ ਸਾਹਿਬ ਦੇ, ਹੁਣ ਸਾਡੇ ਸਾਰੇ ਕੰਮ ਹੁੰਦੇ। 2 ਮਿੰਟ ਪਹਿਲਾਂ ਕਿਉਂ ਨੀ ਹੋਏ? ਜੈਦੀਪ ਜਾਂਗੜੇ ਦੀ ਬਾਈ ਨਹੀਂ, ਜੈਦੀਪ ਕਿਤੇ ਨਹੀਂ ਹੋਏ, ਸਾਦੀ ਕੇਸ ਦਾ ਤਾਂ ਸਾਰਾ ਲੋਕ ਇਹਦੇ ਸਿਵਰੇਜ ਪਵਾਇਆ, ਪਰ ਹੋਇਆ ਨੀ ਕੰਮ। 2 ਮਿੰਟ 50 ਲੱਖ ਤੁਹਾਡੇ ਵੇਲੇ ਕਿਉਂ ਨੀ ਹੋਇਆ? ਲੀਡ ਹੋ ਗਈਆਂ, ਹੈ ਕਰਾਓ ਵੀ ਐਡਾ ਕਾਂਗਰਸੀ ਐਮਸੀ ਬਣਿਆ, ਐਸੀਆਂ ਦੇ ਖਿਲਾਫ਼ ਬੋਲ ਗਿਆ, ਮੈਨੂੰ ਸ਼ਰਮ ਨੀ ਬੈਠਾ ਤੈਨੂੰ ਨਜ਼ਰ ਤੇ ਮਾਰੀ ਮੋਟੀ ਵੀ ਬੈਠਾ। ਵਾਹਿਗੁਰੂ ਜੀ ਕਾ ਖਾਲਸਾ। ਪਤਾ ਕੀ ਗੱਲ ਆ ਜੀ, ਹੁਣ ਮੇਰੇ ਸਾਰੇ ਭਰਾਵਾਂ ਨੂੰ MLA ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਅੱਜ ਬਜਟ ਪਾਸ ਹੋ ਰਿਹਾ, ਇਹ ਬੜਾ ਸਗਨਾਂ ਵਾਲਾ ਦਿਨ ਹੁੰਦਾ। ਬੜੀ ਮਾੜੀ ਗੱਲ ਕਰਕੇ ਗਏ ਆ ਕੌਂਸਲਰ ਸਾਥੀ ਕਿ ਜਿਹੜਾ ਬਜਟ ਦੀ ਮੀਟਿੰਗ ਦੇ ਵਿੱਚ ਪੁਆਇੰਟ ਬਜਟ ਤੋਂ ਬਾਅਦ ਉਠਾਉਂਦੇ। ਪਰਮਜੀਤ ਦਾ ਪੁਆਇੰਟ ਇੱਕੋ ਹੀ ਸੀਗਾ ਕਿ ਮੀਟਿੰਗ ਬੈਲਡ ਆ ਕਿ ਇਨਵੈਲਡ, ਠੀਕ ਆ, ਇੱਥੇ ਸਾਈਨ ਕਰਦੇ ਆ
ਹਾਈ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਆ ਇਨਵੈਲਿਡ ਆ, ਬਾਹਰ ਜਾ ਕੇ ਕਹਿੰਦੇ ਆ ਇਨਵੈਲਿਡ ਆ, ਠੀਕ ਆ। ਕੋਈ ਵੀ ਇਨਕੁਆਇਰੀ ਕਰਾਉਣੀ ਆ ਉਹ ਕੋਈ ਵੀ ਮੈਂਬਰ ਹੋਵੇ ਚਾਹੇ ਸ਼ਹਿਰ ਦਾ ਹੋਵੇ ਕੋਈ ਵੀ ਕਰਾ ਸਕਦਾ, ਕਿਤੇ ਲਿਖਿਆ ਨਹੀਂ ਵੀ ਮੈਂਬਰ ਨੇ ਕਰਾਉਣੀ ਆ। ਲੇਕਿਨ ਇਹ ਸਗਨਾਂ ਦਾ ਕੰਮ ਆ, ਇੱਕ ਸਾਲ ਇਸ ਬਜਟ 'ਤੇ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਕਰਾਉਣੀ ਆ। ਮੈਂ ਸਾਰੇ ਮੈਂਬਰਾਂ ਨੂੰ ਕਹਿੰਦਾ ਬਜਟ ਲਈ ਆਪਾਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੀਏ ਔਰ ਬਜਟ ਪਾਸ ਕਰੀਏ ਔਰ ਪਰਮਾਤਮਾ ਤੋਂ ਆਸ ਰੱਖੀਏ ਕਿ ਸਾਡੇ ਸਾਰੇ ਕੰਮ ਜਿਹੜਾ ਬਜਟ ਆ ਸਾਡਾ ਸਹੀ ਸਲਾਮਤ ਰਹੇ, ਸਾਡੀ ਕਮੇਟੀ ਸਹੀ ਰਹੇ। ਉਹਨਾਂ ਨੂੰ ਬਜਟ ਦੇ ਵਿੱਚ ਅੱਕ ਕੇ ਨਹੀਂ ਸੀ ਜਾਣਾ ਚਾਹੀਦਾ, ਲੇਕਿਨ ਚਲੋ ਮੈਨੂੰ ਤਾਂ ਇਹ ਪਤਾ ਲੱਗਾ ਸੱਚ ਆ ਝੂਠ ਆ। ਇੱਕ ਦਿਨ ਐਪਲੀਕੇਸ਼ਨ ਦਿੱਤੀ ਗਈ ਵੀ ਸਾਨੂੰ 500 ਰੁਪਇਆ ਘੱਟ ਦਿੱਤਾ ਗਿਆ, ਮੈਨੂੰ ਨਹੀਂ ਪਤਾ ਸੱਚ ਆ ਝੂਠ ਆ। ਜੋ ਵੀ ਆ ਦੇਖੋ, ਸ਼ਹਿਰ ਦੇ ਹਿੱਤ ਦੀਆਂ ਗੱਲਾਂ ਨਹੀਂ ਕਰਨੀਆਂ, ਆਪਣੇ ਹਿੱਤਾਂ ਦੀਆਂ ਗੱਲਾਂ ਕਰਨੀਆਂ। ਹੁਣ ਗੱਲ ਮਿੱਟੀ ਦੀ ਕਰਦੇ ਆ, ਔਖਾ ਟਾਈਮ ਸੀ, ਉੱਥੇ ਹਾਲਾਤ ਬਣੇ ਆ ਜੀ, ਨਾਜੁਕ ਹਾਲਾਤ ਸੀ, ਉੱਥੇ ਮਿੱਟੀ ਪਾਈ ਗਈ ਔਰ ਪਾਣੀ ਬਣਦੀ ਵੀ ਆ, ਉੱਥੇ ਵੀ ਬੰਦੇ ਵੱਸਦੇ ਆ, ਮੁਸ਼ਕਲ ਆਈ ਆ ਔਰ ਅੱਜ ਉੱਥੇ ਦੀ ਪੋਜੀਸ਼ਨ ਇਹ ਆ ਕਿ ਐਨ ਉਹ ਸਾਫ਼ ਸੁਥਰਾ ਏਰੀਆ ਬਣ ਗਿਆ। ਕੱਲ੍ਹ ਅਸੀਂ ਉੱਥੇ ਬੂਟੇ ਵੀ MLA ਸਾਹਿਬ ਜਾ ਕੇ ਲਾਏ ਆ। ਜੇ ਉਹਦੀ ਵੀ ਇਨਕੁਆਇਰੀ ਕਰਨੀ ਸੀ ਜਿੱਥੇ ਹੋਰ ਐਪਲੀਕੇਸ਼ਨਾਂ ਦਿੰਦੇ ਆ ਉੱਥੇ EO ਸਾਹਿਬ ਨੂੰ ਜਾਂ DC ਸਾਹਿਬ ਨੂੰ, ਮੰਤਰੀ ਜੀ ਨੂੰ, CM ਦੇ ਪੋਰਟਲ ਤੇ ਜਿੱਥੇ ਮਰਜ਼ੀ ਪਾਉਂਦੇ। ਜੇ ਕਿਸੇ ਅਫਸਰ ਨੇ ਕੋਈ ਗਲਤ ਕੰਮ ਕੀਤਾ ਆ ਉਹ ਜ਼ਿੰਮੇਵਾਰ ਆ, ਅਸੀਂ ਮੈਂਬਰ ਨਹੀਂ ਜ਼ਿੰਮੇਵਾਰ ਆ, ਸਾਡਾ ਫਰਜ਼ ਆ ਹੀ ਕੰਮ ਦੱਸਣਾ। ਇਸ ਲਈ ਮੀਟਿੰਗ ਦੇ ਵਿੱਚ ਜਾਣਾ ਉਹਨਾਂ ਲਈ ਬਹੁਤ ਮਾੜੀ ਗੱਲ ਆ। ਔਰ ਦੋ DC ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਜੀ ਤੇ ਮਾੜਾ ਹਾਲ ਆ ਜੀ, ਤੁਸੀਂ ਮਿੱਟੀ ਸਟਾਓ। ਉਹਨਾਂ ਨੇ ਉਸ ਤੋਂ ਬਾਅਦ ਚੰਗੀ ਮਿੱਟੀ ਸਟਾਈ। ਉਹ ਜੇ DC ਸਾਹਿਬ ਨੂੰ ਅਸੀਂ ਬੇਨਤੀ ਕੀਤੀ, ਉਹਨਾਂ ਨੇ ਆਫਿਸਰ ਸਾਹਿਬਾਨ ਨੂੰ ਬੇਨਤੀ ਕੀਤੀ, ਆਫਿਸਰ ਸਾਹਿਬਾਨ ਨੇ ਸ਼ਹਿਰ ਦੇ ਹਿੱਤ ਲਈ ਉੱਥੇ ਮਿੱਟੀ ਸਟਾਈ। ਜੇ ਉਹਦੀ ਇਨਕੁਆਇਰੀ ਹੁੰਦੀ ਹੈ ਸਾਨੂੰ ਵੀ ਅਫਸਰਾਂ ਦੇ ਨਾਲ ਕਰਨਾ ਪੈਂਦਾ, ਇਹ ਨਹੀਂ ਹੈਗਾ ਵੀ ਅਫਸਰਾਂ ਦੇ ਪਾਈ ਮੇਰੇ ਸਾਹਿਬ ਦੱਸਦੇ ਵੀ ਸਾਡਾ ਹੀ ਕੋਈ ਬੰਦਾ ਦੱਸਦਾ ਪਿਆ ਉਹਨਾਂ ਨੂੰ, ਤੁਸੀਂ ਐ ਕਰੋ, ਉਹਨਾਂ ਨੂੰ ਸੁਪਨਾ ਨਹੀਂ ਆਉਂਦਾ ਪਿਆ। ਰਿਕੁਐਸਟ ਅਸੀਂ ਕੀਤੀ ਹੈ ਕਿ ਸਾਡਾ ਹੀ ਕਮੇਟੀ ਦਾ ਬੰਦਾ ਦੱਸਦਾ ਪਿਆ, ਕਿਉਂਕਿ ਗੱਲ ਮੈਨੂੰ ਕੋਈ ਸ਼ਹਿਰ ਉਹ ਵੀ ਮੈਂ ਯਾਰ ਕਰ ਦੂੰਗਾ ਜਦੋਂ ਕਰਨਾ ਮੈਂ ਕਰ ਦੱਸੂਗਾ। ਸਾਹਿਬ ਦੋ ਤਿੰਨ ਇਸ਼ੂ ਆ, ਮਿੱਟੀ ਦਾ ਰੱਖਣਾ, ਇੱਕ ਉਹ ਡੰਪ ਦਾ ਇਸ਼ੂ ਆ, ਇੱਕ ਰੇਲਵੇ ਰੋਡ ਦਾ ਇਸ਼ੂ ਆ, ਇਹ ਤੁਹਾਡੇ 2 ਸਾਲ ਹੋ ਜਾਂਦੇ ਸੀਵਰੇਜ। ਮੈਂ ਉਹਦਾ ਮਿਨਿਸਟਰ ਸਾਹਿਬ ਕੋਲ ਬੈਠਾ, ਮੈਨੂੰ ਉਹਦਾ ਮੈਸੇਜ ਕਹਿੰਦਾ ਤੁਹਾਡੇ ਕੋਲ ਫੈਲ ਗਿਆ ਨਾ, ਤੇ ਮੈਂ ਉੱਥੋਂ ਆਇਆ, ਮੈਂ ਯਾਰ ਕਹਿੰਦਾ ਵੀ ਪ੍ਰੋਬਲਮ ਕੀ ਆ, ਮੈਂ ਕਿਹਾ ਕਿਤੇ ਨਾ ਕਿਤੇ ਸੀਵਰੇਜ ਦੇ ਨਾਲ ਮੁੜ ਕੇ ਆਪਣੀਆਂ ਵੀ ਇਨਕੁਆਇਰੀਆਂ ਖਿਲਾਣੀਆਂ ਮੈਂਬਰਾਂ ਦੀਆਂ ਨਾ ਅਫਸਰਾਂ ਦੀਆਂ, ਉਹ ਅਸੀਂ ਇਸ ਮੀਟਿੰਗ ਚ ਲੈ ਆਂਦਾ। ਮੇਰੀ ਗੱਲ ਸੁਣੋ, ਐਸਟੀਮੇਟ ਆ ਗਿਆ ਮੀਟਿੰਗ, ਇਸ ਤੋਂ ਅਗਲੀ ਮੀਟਿੰਗ ਅਸੀਂ ਪਾਸ ਕਰ ਦੇਣਾ, ਪਾਸ ਕਰਕੇ ਹੱਥੋਂ ਹੱਥੀ ਉੱਪਰੋਂ ਕਰਾ ਲੈਣਾ। ਇਨ ਬਿਟਵੀਨ ਜਿਹੜਾ ਠੇਕੇਦਾਰ ਦਾ ਮਲੋਟ ਵਾਲਾ ਉਹ ਕੰਮ ਕਰਦਾ ਪਿਆ, ਆ ਕੇ ਉੱਥੋਂ ਅਟੈਂਡਰ ਹੋਊਗਾ, ਨਾ ਨਾ EO ਜਵਾਬ ਦੇ, ਨਾ ਮੈਂ ਜਵਾਬ ਦੇ, ਨਾ ਤੁਸੀਂ ਜਵਾਬ ਦੇ, ਠੀਕ ਆ। ਇਹ ਕੱਲੂ ਕਿਉਂਕਿ ਉਹ ਆਲਰੇਡੀ ਪਹਿਲੇ ਉਹਦੀ ਐਪਲੀਕੇਸ਼ਨ ਉਹ ਦੇ ਗਏ ਆ ਉਸ ਕੰਮ ਦੀ। ਇੱਕ ਪਾਸੇ ਤਾਂ ਉਹ ਕਹਿੰਦੇ ਆ ਕਾਂਗਰਸ ਵਾਲੇ ਸ਼ਹਿਰ ਦਾ ਸੀਵਰੇਜ ਬਣਦਾ, ਦੂਜੇ ਪਾਸੇ ਕਹਿੰਦੇ ਆ ਜੇ ਤੁਸੀਂ ਇਹ ਕੰਮ ਕਰਾਇਆ ਤਾਂ ਤੁਹਾਡੀ ਇਨਕੁਆਇਰੀ ਕਰਾਵਾਂਗੇ, ਰਿਟਰਨ ਦੇ ਗਏ ਉਹ। ਹੁਣ ਮੈਂ ਤੁਹਾਨੂੰ ਦੱਸਦਾ ਉਹਦੇ ਲਈ ਆਪਾਂ, ਤੁਸੀਂ
ਈਓ ਸਾਹਿਬ ਵੀ ਬੈਠੇ ਸੀ, ਪਹਿਲਾਂ ਲਾਣ ਲੱਗੇ ਸੀ 35। ਦੇਖੋ ਅਸੀਂ ਈਓ ਕਹਿੰਦਾ ਕੱਲ ਨੂੰ ਜਵਾਬ ਦੇ ਈਓ ਨੀ ਬਣਾਉਣਾ, ਈਓ ਦੇ 35 ਲਾਂਦਾ ਆ, ਕੱਲ ਨੂੰ ਕਾਰਵਾਈ ਤੇ ਨੱਠ ਦੇ ਅਫਸਰ ਕੋਈ ਵੀ ਅਫਸਰ ਹੋਵੇ, ਚਾਹੇ ਐਮਈ ਹੋਵੇ ਚਾਹੇ ਹੋਵੇ, ਵੱਡਾ ਕੰਮ ਵਾ ਉਹ ਕੰਮ ਤਾਂ ਹੋ ਗਿਆ ਜਿਹੜਾ ਲਾਈਨ ਤੇ ਟਰੈਕ ਤੇ ਆ ਜਾਣਾ। ਪਰ ਮੈਂ ਈਓ ਸਾਹਿਬ ਤੁਹਾਨੂੰ ਬੇਨਤੀ ਕਰਦਾ ਅੱਜੇ ਹੀ ਪਾਸ ਕਰਕੇ ਉਹਦੇ ਟੈਂਡਰ ਨੂੰ ਉਹਨਾਂ ਮਹੀਨਾ ਲਾਇਓ, ਸਮਝਦੇ ਹੋ ਨਾ, ਛੋਟ ਜੋ ਵੀ ਉਹਨੂੰ ਡਾਇਰੀ ਫਾਲਿਆ ਕਰ, ਮੰਤਰੀ ਆਇਆ ਉਹ ਆਇਆ ਉਹ ਵਾਲਾ ਕੰਮ ਕਰਾ ਦੇਈਓ, ਤਾਂ ਕਿ ਦੇਖੋ ਤਾਂ ਕਿ ਕੰਮੇ ਹੀ ਉਹ ਕੰਮੇ ਆਪਾਂ ਸਹੀ ਤਰੀਕੇ ਨਾਲ ਕਰਾ ਸਕੀਏ। ਆਪਾਂ ਤਾਂ ਲੋਕ ਹਿੱਤ ਲਈ ਕਿੰਨਾ ਚਿਰ ਹੋਗਿਆ ਆਪਣਾ, ਉਹਦਾ ਜਵਾਬ ਦੇ ਤਾਂ ਸੁਣੋ ਜੀ। ਮੈਂ ਦੱਸਦਾ ਇੱਕ ਮਿੰਟ ਸੁਣੀ, ਜਦੋਂ ਕੋਈ ਬੰਦਾ ਕੰਮ ਕਰਨ ਲੱਗਦਾ ਆ ਆਪਣੇ ਕੋਲ ਬੰਦਾ ਉੱਠ ਕੇ ਜੀ ਤੈਨੂੰ ਪੈਸੇ ਨੀ ਮਿਲਣੇ ਹੈਗੇ, ਇਹ ਦੂਜਾ ਨੀ ਹੋਣਾ, ਹੁਣ ਮਿੱਟੀ ਦੇ ਪੈਰ ਤੋਂ ਦੌੜ ਸਹਿਮ ਦੇ ਹੋ ਜਾਣੇ ਆ, ਜਿਹੜਾ ਬਾਥਰੂਮ ਦਾ ਕੰਮ ਉਹਦੇ ਤੇ ਸਾਈਨ ਨਹੀਂ ਹੋਣੇ, ਕਿਉਂ ਨੀ ਹੋਣੇ, ਨਹੀਂ ਹੋਣੇ, ਕਿਉਂ ਨੀ ਹੋਣੇ, ਬੰਦ ਵੀ ਕੰਮ ਕਰਾਓ ਦੱਸੋ ਕਰਾ ਦੋ, ਮੇਰਾ ਜਿੰਨਾ ਕੰਮ ਮੈਨੂੰ ਪੈਸੇ ਕਹਿੰਦਾ ਕੋਈ ਨੀ, ਮੈਂ ਪੁੱਛ ਲਓ ਬੁਲਾ ਲਓ, ਉਹ ਇੱਕ ਮਿੰਟ, ਉਹ ਗੱਲ ਵੈਲਿਡ ਨੀ ਆ ਉਹਦੀ, ਠੇਕੇਦਾਰ ਦੀ ਲੈਵਲ ਚੱਲਦੇ ਨੇ ਸੀਵਰ, ਚਰਚ ਕਲੋਨੀ ਚ ਸੀਵਰ ਦਾ ਲੈਵਲ ਹੀ ਨੀ ਠੀਕ ਹੈਗਾ, ਸੀਵਰੇ ਬੋਰਡ ਨੇ ਪਾਇਆ, ਸੀਵਰੇ ਬੋਰਡ ਨੂੰ ਲਿਖ ਕੇ ਦਿੱਤਾ ਸੀ ਲੈਵਲ ਠੀਕ ਕਰੋ, ਪਿਛਲੀ ਮੀਟਿੰਗ ਦੇ ਵਿੱਚ ਕਿਆ ਹੋਇਆ ਸੀ, ਜਾਂ ਮੈਂ ਬੋਲਣਾ ਚਾਹੁੰਦਾ, ਮੈਂ ਬੋਲ ਰਿਹਾ ਹਾਂ, ਕੀ ਹੋਇਆ ਸੀ, ਕੀ ਹੋਇਆ ਸੀ, ਇੱਥੇ ਕੋਈ ਗੱਲ ਹੋਈ ਜੀ ਭਗਵਾਨ ਜੀ, ਇੱਥੇ ਕੋਈ ਜਦੋਂ ਮਰਜ਼ੀ ਜਦੋਂ ਕੋਈ ਗੱਲ ਹੋ ਜਾਂਦਾ ਹੱਸ ਪੈ ਸਾਰੇ ਜਾਣੇ। ਮੈਂ ਇਸ ਸ਼ਖਸ ਨੂੰ ਕਿਹਾ ਆਪਣੇ ਅਫਸਰ ਦੇ ਅਸੀਂ ਨਾਮ ਦਾ, ਇਹ ਕਹਿੰਦਾ ਇਹ ਮੇਰਾ ਅਫਸਰ ਨਹੀਂ ਹੈਗਾ, ਚਲੋ ਇੱਕ ਟੀਮ ਹੈ ਸਾਰੇ ਬਣ ਕੇ ਰਹੋ, ਇਹ ਕਹਿੰਦਾ ਮੇਰਾ ਅਫਸਰ ਨਹੀਂ ਹੈਗਾ, ਮੇਰੇ ਹੈ ਹੀ ਨਹੀਂ ਅਫਸਰ, ਡਰਾ ਕਿੱਥੇ, ਆ ਦੱਸੋ ਕਿਹੜਾ ਮੇਰਾ ਅਫਸਰ ਹੈ, ਮੈਂ ਕਹਿੰਦਾ ਨਹੀਂ ਭਾਈ ਜੀ, ਫਿਰ ਤਾਂ ਤਨਖਾਹ ਨਾ ਲੈ ਉਹਦੇ ਕੋਲੋਂ, ਸੁਣੋ ਤਾਂ ਤੇਰੀ ਡਿਗਰੀ ਬਹੁਤ ਸਹੀ ਆ, ਤੇਰੀ ਡਿਗਰੀ ਚਾਰ ਸਾਲਾਂ ਦੀ ਸਾਲ ਕਰਾ ਕੇ ਹੀ ਆ, ਮੈਂ ਕਰਾਊਂਗਾ, ਮੈਂ ਕਰਾਊਂਗਾ, ਸ਼ੁਰੂ ਕੀਤਾ ਕੰਪਿਊਟਰ
ਮੈਂ ਨਹੀਂ ਕਰਾਉਣੀ ਮੀਟਿੰਗ, ਆਪਾਂ ਚੱਲੀਏ ਏਦਾਂ ਦੇ ਅਫਸਰਾਂ ਦੀ ਮੀਟਿੰਗ ਕਰਾਉਣੀ ਆ। ਉਹ ਨਹੀਂ ਏਦਾਂ ਦੇ ਅਫਸਰਾਂ ਦੀ ਮੀਟਿੰਗ ਕਰਾਉਣੀ, ਮੈਂ ਉਹਨਾਂ ਕਰਕੇ ਚੱਲਿਆ ਜਿਹਨੂੰ ਬੋਲਣਾ ਨੀ, ਕਮੇਟੀ ਵਿੱਚ ਬੋਲਣਾ ਹੀ ਨਹੀਂ ਆਉਂਦਾ ਹੈਗਾ ਜਿਸ ਅਫਸਰ ਨੂੰ, ਇਹਨੂੰ ਇਹਨੂੰ ਇਹਦੇ ਦਰਮਦੇ ਮੀਟਿੰਗ ਕਰਾਉਣੀ। ਚਲੋ ਯਾਰ ਏਦਾਂ ਦੇ ਅਫਸਰ ਨੂੰ ਬੋਲਣਾ ਨੀ ਯਾਰ, ਕੀ ਆ ਕਿਆ ਚੀਜ਼ ਹੈ। ਮੇਰੀ ਡਿਗਰੀ ਚਾਲੀ, ਮੈਂ ਗੋਲਡ ਮੈਡਲਿਸਟ ਆ ਗਿਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰਾ ਨਾਂ ਲਿਖਿਆ ਗੋਲਡ ਮੈਡਲਿਸਟ, ਮੇਰੀ ਡਿਗਰੀ ਚਾਲੀ ਕਰਨ ਡਏ ਆ। ਦੇਖੋ ਤੁਸੀਂ ਭੈਣ, ਦੇਖੋ ਮੈਂ ਪੰਜਾਬ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਆ, ਮੈਂ ਹੁਣ ਵੀ ਕਹਿੰਦਾ ਨਹੀਂ। ਦੇਖੋ ਮੈਨੂੰ ਕਹਿੰਦਾ ਮੇਰੀ ਡਿਗਰੀ ਚਾਲੀ, ਬੱਲੇ ਬੰਦੇ ਦੇ ਦੇਖ ਲਓ ਤੁਸੀਂ, ਫਿਰ ਯੂਨੀਅਨ ਵਾਲੇ ਫਿਰ ਕਹਿੰਦੇ ਮੇਰੇ ਵੱਲੋਂ ਪਹਿਲਾਂ ਇਹਨੂੰ ਬੋਲਣੇ ਸਾਲ ਮਤਾ ਪਾਓ ਪਹਿਲਾਂ, ਮੈਂ ਨੀ ਉਸ ਤੋਂ ਬਾਅਦ ਮੈਨੇ ਮੈਂ ਮੀਟਿੰਗ ਦੇ ਵਿੱਚ ਜਾਣੀ ਕਿਸੇ ਵਿੱਚ ਮੈਨੂੰ ਪਾਓ ਮੇਰਾ ਮਤਾ ਲਿਖੋ ਪਹਿਲਾਂ। ਉਹ ਨਹੀਂ ਨਹੀਂ ਮੈਂ ਨੀ ਭਾਜੀ ਬੈਠਣਾ, ਸੋਰੀ ਬੈਠੋ ਠੀਕ ਹੈ ਜੀ, ਪਹਿਲਾਂ ਇਹਨੂੰ ਬੋਲਣਾ ਸਿਖਾਓ ਫਿਰ ਦੇਖਦੇ ਆ। ਨਹੀਂ ਮੈਂ ਨੀ, ਮੈਂ ਚੱਲਿਆ, ਮੈਂ ਮੀਟਿੰਗ ਚੱਲਿਆ, ਬਜਟ ਕਰ ਦੂੰਗਾ ਕੋਈ ਗੱਲ, ਮੈਂ ਸਾਈਨ ਕਰ ਦੂੰਗਾ, ਮੈਂ ਕਰ ਦੂੰਗਾ ਸਾਈਨ, ਕੋਈ ਰੌਲਾ ਨਹੀਂ ਇਹਦੇ ਖਿਲਾਫ, ਮੈਂ ਕੋਰਟ ਵਿੱਚ ਜਾਣਾ ਆ, ਇਹਦੇ ਖਿਲਾਫ ਮੈਂ ਹਾਈਕੋਰਟ ਵਿੱਚ ਜਾਣਾ, ਮੈਂ ਸਾਈਨ ਕਰੂੰਗਾ ਬਜਟ ਦੇ, ਮੈਂ ਕਰ ਦਿਆਂ ਤੁਸੀਂ ਬੈਠੋ, ਹਾਂ ਇਹਦੇ ਖਿਲਾਫ ਮੈਂ ਹਾਈਕੋਰਟ ਜਾਣਾ, ਮਤਾ ਪਾਉਣਾ ਇਹਦੇ ਖਿਲਾਫ, ਮਤਾ ਪਾਉਣਾ ਦੋ ਲੱਖ ਰੁਪਇਆ ਤਨਖਾਹ ਲੈਂਦੇ ਆ ਜਦ ਤੁਸੀਂ ਬੈਠੇ ਆ, ਬੇਵਕੂਫ ਨੀ ਪਤਾ ਤੁਸੀਂ ਬਜਟ ਬੋਲਣਾ, ਵੋਟ ਪੇਸ਼ ਕਰਨਾ, ਕੋਈ ਨਵੀਆਂ ਨੀ ਬਜਟ ਪੇਸ਼ ਕਰਨ ਲੱਗੇ, ਐਵੇਂ ਰੋਲਾ ਪਵਾਈ ਜਾਂਦੇ ਬਜਟ ਬੋਲਦੇ ਹੋਣਾ ਚੁੱਪ ਰਿਹਾ ਆਪਣਾ, ਫਾਲਤੂ ਗੱਲ ਮੈਂ ਨਾ ਕਰੀ, ਮੈਂ ਕੌਂਸਲਰ ਆ, ਮੈਂ ਤੇਰੇ ਮਤਹਿਤ ਨਹੀਂ, ਤੂੰ ਮੇਰੇ ਮਤਹਿਤ ਆ, ਮੈਂ ਕੌਂਸਲਰ ਆ, ਪਤਾ ਹੋਣਾ ਚਾਹੀਦਾ ਜਾਓ ਕੋਈ ਨੀ, ਮੈਂ ਕਰੂੰ ਦੱਸੂ ਸਿਸਟਮ ਫੋਲੋ, ਇਹਨਾਂ ਕਮੇਟੀ ਵਾਲੇ ਨੇ ਕਰਨਾ ਲੋਟ, ਮੈਂ ਚੁੱਪ ਚੰਗਾ ਨਹੀਂ ਆਫੀਸਰ ਮਹਿੰਦੀ ਚੰਗੀ ਠੰਡੀ ਸਾਹਿਬ ਠੰਡੀ।
ਕਮੀ ਪੇਚੀ ਦੱਸੋ ਤੇ ਸਹੀ ਕਿੱਥੇ ਮੈਨੂੰ ਇਹ ਦੱਸ ਦੋ ਇਹਨਾਂ ਨੂੰ ਪੁੱਛੋ ਇਹ ਜਾਂਦੇ ਕਿੱਥੇ ਆ ਇਹਨਾਂ ਨੂੰ ਪੁੱਛੋ ਕਿਹੜੇ ਕੰਮ ਜਾਂਦੇ ਆ ਇਹ ਪਿਛਲੇ ਸਾਲ ਇਹ 14 ਕਰੋੜ 27 ਲੱਖ 50 ਹਜ਼ਾਰ ਦਾ ਸੀ ਇਸ ਸਾਲ ਇਹ 15 ਕਰੋੜ 90 ਲੱਖ ਦਾ ਇਸ ਸਾਲ ਇਹ ਸਰ 13 ਕਰੋੜ 95 ਲੱਖ 18 ਹਜ਼ਾਰ ਰੁਪਇਆ ਇਕੱਠਾ ਹੋਇਆ ਠੀਕ ਹੈ ਸਰ ਇਸ ਵਾਰ ਜਿਹੜਾ 15-90 ਦਾ ਉਹਦੇ ਵਿੱਚੋਂ ਸਰ ਤਨਖਾਹਾਂ ਵਗੈਰਾ ਲਈ 9 ਕਰੋੜ ਜੀ ਕੰਟੀਜੈਂਸੀ ਦੇ ਖਰਚਿਆਂ ਲਈ 70 ਲੱਖ ਪਿਛਲੇ ਸਾਲ ਡਿਵੈਲਪਮੈਂਟ ਦੇ ਕਿੰਨੇ ਪੈਸੇ ਖਰਚ ਹੋਏ ਪਿਛਲੇ ਸਾਲ ਸਰ ਡਿਵੈਲਪਮੈਂਟ ਦੇ 198.65 ਕਰੋੜ ਰੁਪਏ ਖਰਚ ਹੋਏ ਰੱਖਿਆ ਸੀ ਰੱਖਿਆ ਸੀ ਨਹੀਂ ਸੋਰੀ ਸਰ 429.60 ਕਰੋੜ ਰੁਪਏ ਖਰਚ ਹੋਏ ਪਿਛਲੇ ਸਾਲ ਰੱਖਿਆ ਕਿੰਨਾ 429 ਲੱਖ ਚਲੋ ਜੀ ਅਗਲੀ ਮੀਟਿੰਗ ਬਜਾਈਏ ਹੁਣ ਅਗਲੀ ਮੀਟਿੰਗ ਹੈ ਰੋਡ ਸ਼ੇਰੇ ਬਾੜ ਦੀ ਉਹ ਵੀ ਲਿਖ ਲਾ ਯਾਰ ਪਾਸ ਹੀ ਆ ਸਾਰਾ ਕੁਝ ਉਹ ਕੋਈ ਉਹ ਤੂੰ ਲਿਖ ਲਾ ਯਾਰ ਸਾਈਨ ਕਰਾ ਲਾ ਪਾਸ ਹੀ ਆ ਤੁਸੀਂ 10 ਮਰਲੇ ਦੀ ਕਮੇਟੀ ਦਾ ਰਜਿਸਟਰੀ ਕਰਾ ਲਓ ਜਦੋਂ ਰਜਿਸਟਰੀ ਕਰਾਵਾਂਗੇ ਅਸੀਂ ਉੱਥੇ ਟਿਊਬਲ ਨਾਲ ਐਸਟੀਮੇਟ ਪਾਸ ਕਰ ਬੰਦੇ ਮਿਲਾ ਦਿਓ ਜੀ ਉਹ ਆਬਾਦੀ ਜਿੱਦਾਂ ਜ਼ਿਆਦਾ ਆ ਤੇ ਉੱਥੇ ਨਵਾਂ ਮੀਟਰ ਲਗਾਇਆ ਜਾਵੇ ਕਿਉਂਕਿ ਲਾਈਟਾਂ ਵੀ ਗੁਜਰਪੁਰ ਰੋਡ ਤੇ ਨਾ ਈਓ ਸਾਹਿਬ ਕੋ ਇੱਕ ਲੈਟਰ ਕਢਾ ਦਿਓ ਇੱਕ ਮਿੰਟ ਉੱਥੇ ਪਾਣੀ ਉਹਨੇ ਬਿਜਲੀ ਦਾ ਮੀਟਰ ਇੱਕ ਹੋਰ ਲਵਾਣਾ ਲਾਈਟ ਘੱਟ ਆਉਂਦੀ ਹੈ ਤੇ ਇਹਨਾਂ ਕੋਲੋਂ ਇੱਕ ਰਿਕੁਐਸਟ ਲੈਟਰ ਲੈ ਲਓ ਉਹਦੇ ਵੀ ਆਪ ਤੇ ਈਓ ਸਾਹਿਬ ਕੋਲੋਂ ਚਿੱਠੀ ਲੈ ਕੇ ਬਿਜਲੀ ਬੋਰਡ ਨੂੰ ਦੇ ਦਿਓ ਬੇਨਤੀ ਹੈ ਜੀ ਕਰਿਆਮ ਰੋਡ ਦੀ ਜਿਹੜੀ ਸਟਰੀਟ ਲਾਈਟ ਬੰਦ ਹੋਈ ਆ ਉਹ ਟੇਬਲ ਉਹਦੇ ਵੀ ਕਾਰਵਾਈ ਕਰੋ ਉਹ ਚਲਾ ਲਈਏ ਉਹਨਾਂ ਨੂੰ ਕੋਰਸਪੋਂਡੈਂਸ ਕਰ ਲਓ ਡਾਕਟਰ ਸਾਹਿਬ ਐਮਐਲਏ ਸਾਹਿਬ ਵੀ ਬੈਠੇ ਦੇਖੋ ਜਿਹੜਾ ਗੜਸਿੰਘ ਤੋਂ ਰੋੜਿਆ ਜੀ ਬੱਸ ਸਟੈਂਡ ਤੋਂ ਲੈ ਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਅੱਗੇ ਤੱਕ ਚੱਲ ਜਾਓ ਉੱਥੇ ਕੋਈ ਲਾਈਟ ਨਹੀਂ ਹੈਗੀ
ਉੱਥੇ ਲਾਈਟਾਂ ਦੀ ਖੰਭਿਆਂ ਦੀ ਬੜੀ ਜ਼ਰੂਰਤ ਹੈ। ਦੇਖੋ ਮੇਨ ਰੋਡ ਆ, ਇਹ ਤਾਂ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ, ਇੱਕ ਦੂਜਾ ਆ ਉੱਥੇ ਲਾਈਟਾਂ ਤੁਸੀਂ ਦੇਖ ਲਓ, ਉੱਥੇ ਅੰਤੇ ਖੰਭੇ ਵੀ ਨਹੀਂ ਹੈ, ਲਾਈਟਾਂ ਵੀ ਟਾਂਗੀਆਂ ਟਾਂਗੀਆਂ ਲੱਗੀਆਂ। ਜਦੋਂ ਹੋਊਗੀ ਇਸ ਵੇਲੇ ਖੰਭੇ ਨਾ ਲਵਾਓ, ਲਾਈਟਾਂ ਇੱਕ ਹੋਰ ਬੇਨਤੀ ਹੈ ਪ੍ਰਧਾਨ ਜੀ, ਐਮ ਐਲ ਏ ਸਾਹਿਬ, ਅਸੀਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਸੀਵਰੇਜ ਬੋਰਡ ਤੋਂ ਪੂਰਾ ਐਸਟੀਮੇਟ ਲਏ ਜਾਣ ਕਿਹੜੀਆਂ ਮੋਟਰਾਂ ਮਿਆਦ ਪੂਰੀ ਕਰ ਚੁੱਕੀਆਂ, ਕਿਉਂਕਿ ਜਿੱਦਾਂ ਹੁਣ ਪਾਟਕਾ ਮੱਲੇ ਕਿਹੜਾ ਮੋਟਰ ਬਹਿ ਗਈ, ਕੱਲ ਨੂੰ ਹੋਰ ਪਾਸੇ ਜਿਹਨਾਂ ਦੀ ਮਿਆਦ ਪੂਰੀ ਹੋਈ ਹੈ ਘੱਟੋ ਘੱਟ ਉਹਨਾਂ ਦੇ ਅਗਲੀ ਯੂਨਿਟ ਦੇ ਵਿੱਚ ਉਹਦੇ ਵਿੱਚ ਪਾਸ ਹੋ ਜਾਣ, ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਦਿੱਕਤ ਨਾ ਆਏ। ਅੱਜ ਦੋ ਕਰ ਲੈਣੀਆਂ ਜੀ ਜਿਹੜੇ ਐਸਟੀਮੇਟ ਸਾਡੇ ਕੋਲ ਆਏ ਆ, ਇੱਕ ਪਾਟਕਾ ਮੱਲੇ ਵਾਲੀ ਦਾ, ਇੱਕ ਹੀਰਾ ਜੱਟਾ ਮੱਲੇ ਦਾ ਵਿਕਲਪ ਲਈ ਕਰ ਲਿਆ, ਠੀਕ ਹੈ ਜੀ। ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਲੈਨੋ ਵਾਰ ਗੁਰਮੁਖ ਉਹਨਾਂ ਦਾ ਵਾਰਡ, ਬਲਵਿੰਦਰ ਉਹਨਾਂ ਦਾ ਵਾਰਡ, ਉੱਥੇ ਇੱਕ ਟਿਊਬਵੈਲ ਸਰਕਾਰ ਵੱਲੋਂ ਆ ਗਿਆ, ਪਾਣੀ ਦੀਆਂ ਲਾਈਨਾਂ ਵੀ ਤੇ ਟਿਊਬਵੈਲ ਵੀ, ਤੁਹਾਡਾ ਜੋਧਾ ਜੀ ਉਹ ਇੱਧਰ ਨਹੀਂ ਆਉਣਾ, ਕਰੋਸ ਨਹੀਂ ਕਰਨਾ, ਉਹ ਜਿੰਨਾ ਤੁਹਾਡਾ ਮਹਾਲੋਂ ਵਾਲਾ ਏਰੀਆ ਹੋਇਆ, ਗੁੱਜਰਪੁਰ ਵਾਲਾ ਆਇਆ, ਤੁਹਾਡਾ ਸ਼ੂਗਰ ਮਿੱਲ ਵਾਲਾ ਏਰੀਆ, ਇੰਡਸਟਰੀ ਏਰੀਆ, ਉਹਦੇ ਲਈ ਟਿਊਬਲੇ ਇੱਕ ਆ, ਤਾਂ ਉਹਦੀ ਕਪੈਸਿਟੀ ਮੇਰਾ ਖਿਆਲ ਆ ਕਿ ਸਫੀਸ਼ੀਐਂਟ ਹੋਣੀ ਆ, ਉਨੀ ਕੁ ਵਰਦੀ ਦੇ ਤੁਹਾਨੂੰ ਟਿਊਬਲੇ ਮਿਲ ਜਾਣਗੇ। ਮਤਲਬ ਸਾਢੇ ਤਿੰਨ ਸਾਲ ਸਾਨੂੰ ਥੋੜ੍ਹਾ ਜਿਹਾ ਹੋ ਗਿਆ ਹੋ ਗਿਆ ਹੋ ਗਿਆ, ਮਤਲਬ ਮੈਂ ਪੁੱਛਣਾ ਚਾਹੁੰਦਾ ਕਦੋਂ ਹੋਣਾ ਜੀ ਉਹ ਕੰਮ? ਉਹਦਾ ਜਿਹੜਾ ਜੀ ਜਿਹੜਾ ਜਿਹੜਾ ਸੈਕੰਡ ਫੇਜ਼ ਦਾ ਸੀਨ ਰਿਹਾ, ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਅੱਜ ਨਹੀਂ ਕੱਲ੍ਹ ਤੱਕ ਦੱਸ ਦਊਂਗਾ। ਸੈਕੰਡ ਫੇਜ਼ ਦੇ ਸੀਵਰੇਜ ਦਾ ਡੀ ਪੀ ਆਰ ਬਣਦੀ ਪਈ ਆ, 52 ਸ਼ਹਿਰਾਂ ਦੇ ਵਿੱਚ ਨਵਾਂ ਸ਼ਹਿਰ ਦਾ ਨਾਂ ਨਹੀਂ ਪਿਆ, ਕਿਉਂਕਿ ਉਹਨ ਸ਼ਹਿਰਾਂ ਦਾ ਪਿਆ ਜਿੱਥੇ ਐਸ ਟੀ ਪੀ ਨਹੀਂ ਸੀ, ਜਿੱਦਾਂ ਰਾਹੋਂ ਦਾ ਪੈ ਗਿਆ ਜੀ, ਰਾਹੋਂ ਦਾ ਪੈ ਗਿਆ, ਅਤੇ ਆਪਣੇ ਸ਼ਹਿਰ ਦਾ ਡੀ ਪੀ ਆਰ ਬਣਦੀ ਪਈ ਆ। ਮੇਰਾ ਖਿਆਲ ਅੱਜ ਕੱਲ੍ਹ 'ਚ ਰਿਜ਼ਲਟ ਆ ਜਾਣਾ, ਸੈਕੰਡ ਫੇਜ਼ ਦਾ ਸੀਵਰੇਜ ਪੈਣਾ ਜਿਹੜਾ ਮੇਰੀ ਟਰਮ ਵਿੱਚ ਹੋਜੂ, ਨਹੀਂ ਨਹੀਂ ਪਤਾ ਤੈਨੂੰ ਕਾਹ ਲੜਾਉਣਾ ਹੀ ਆ ਜੀ। ਕਲਾਮ ਰੋਡ ਪਾਣੀ, ਬੰਗਾ ਰੋਡ ਪਾਣੀ, ਮੇਨ ਜਿਹੜਾ ਆ ਜਿੱਥੇ ਜਿੱਥੇ ਦੋ ਏਰੀਆ ਦੇ ਵਿੱਚ ਸੀਵਰੇਜ ਜਿੱਦਾਂ ਹੈਗਾ ਆ, ਪਾਣੀ ਦਾ ਸਾਡੇ 12ਵੇਂ ਮਹੀਨੇ ਵੀ ਹੈ ਨੀ ਗਾ, ਪਾਣੀ ਦਾ 12ਵੇਂ ਮਹੀਨੇ ਵਿੱਚ ਵੀ ਹੈ ਨੀ ਗਾ, ਪੁਰਾਣੇ ਤਾਂ 20 ਸਾਲ ਤੋਂ ਬਾਅਦ ਬੈਠਦੇ, ਨਾਲੇ ਪਾਣੀ ਦਾ ਲੈਵਲ ਤਾਂ ਉਦਾਂ ਵੀ ਘਟੀ ਜਾਂਦਾ, ਯਾਰ ਕਰਾ ਲਓ ਪਹਿਲਾਂ ਆਹ ਤਾਂ ਕਰ ਲਈਏ। ਦੇਖੋ ਜੀ ਜਿਹੜੀ ਆਮ ਆਰਡਰਲੀ ਮੀਟਿੰਗ ਆ, ਇੱਕ ਕੋਈ ਵਿਜੇ ਕੁਮਾਰ ਪਿਛਲੀ ਮੀਟਿੰਗ ਚ ਵੀ ਪੈਂਡਿੰਗ ਰਹਿ ਗਿਆ ਸੀਗਾ, ਹਾਈ ਕੋਰਟ ਦੇ ਗਿਆ ਸੀ ਬੰਦਾ,
ਨਹੀਂ ਨਾਲੇ ਚ ਲਿਖਿਆ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਤੋਂ ਵੀ ਆ ਗਿਆ ਜੀ। ਹਾਂ ਇਹ ਕੰਟੈਕਟ ਵਿੱਚ ਗਿਆ ਸਰ ਫਾਇਲ ਮੈਂ ਇਹਨੂੰ 2000 ਲੇਬਰ ਕੋਰਟ ਹਾਰ ਗਿਆ ਸੀ, ਫਿਰ ਆਪਾਂ ਹਾਈ ਕੋਰਟ ਦੇ ਵਿੱਚ ਸਿੰਗਲ ਬੈਂਚ ਤੇ ਹਾਰ ਗਿਆ, ਫਿਰ ਆਪਾਂ ਕੇਸ ਡਬਲ ਬੈਂਚ ਤੇ ਕੀਤਾ, ਆਪਾਂ ਡਬਲ ਬੈਂਚ ਤੇ ਵੀ ਹਾਰ ਗਿਆ ਕਮੇਟੀ। ਹੁਣ ਉਸ ਤੋਂ ਬਾਅਦ ਆਪਾਂ ਲੀਗਲ ਰਾਏ ਲਈ ਆ, ਲੀਗਲ ਰਾਏ ਦੇ ਵਿੱਚ ਵੀ ਲੀਗਲ ਐਡਵਾਈਜ਼ਰ ਨੇ ਆਪਣੇ ਨੇ ਇਹੀ ਕਿਹਾ ਵੀ ਇਹਨਾਂ ਨੂੰ ਜਿਹੜੇ ਆ ਇਮੀਡੀਏਟ ਇਹਨਾਂ ਨੂੰ ਦੁਬਾਰਾ ਰੀਜੁਆਇਨ ਕਰਾ ਲਿਆ ਜਾਵੇ, ਅਤੇ ਇਹਨਾਂ ਦੇ ਜਿਹੜੇ ਬਣਦੇ ਡਿਊਜ਼ ਆ ਪਿਛਲੇ ਜੋ ਹਾਈ ਕੋਰਟ ਦੇ ਹੁਕਮ ਅਨੁਸਾਰ ਉਹ ਦੇ ਦਿੱਤੇ ਜਾਣ, ਇਹਨਾਂ ਨੂੰ ਰੀਜੁਆਇਨ ਪੁਰਾਣੇ ਰੇਟਾਂ 'ਤੇ ਕਰਵਾਉਣ ਲਈ ਗਿਆ। ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇ ਯਾਰ। ਜਦੋਂ ਹਾਈ ਕੋਰਟ ਹੁਕਮ ਦੇਂਦਾ ਉਹ ਨਿਜ ਵੀ ਇੱਕ ਜਿਹੜਾ ਦਵਿੰਦਰ ਕੁਮਾਰ ਦੀ ਡੈਥ ਹੋਈ ਆ ਉਹਦੀ ਵਾਈਫ ਨੂੰ ਨੌਕਰੀ ਦੇਣੀ ਹੁਣ ਮੇਰੀ ਗੱਲ ਸੁਣੋ ਜੀ, ਇਹਨਾਂ ਦੇਖਿਓ ਜੀ ਉੱਪਰੋਂ ਪਾਸ ਹੁੰਦਾ ਥੱਲਿਓਂ ਪਾਸ ਹੁੰਦਾ, ਉਹਨੂੰ ਕੱਲ ਤੋਂ ਬੁਲਾਓ, ਇਹਦੇ ਚ ਦੇਖੋ ਜੇ ਕੋਈ ਡਿਲੇ ਕੀਤੀ ਤਾਂ ਜ਼ਿੰਮੇਵਾਰੀ ਤੁਹਾਡੀ ਫਿਕਸ ਕਰਾਂਗੇ, ਇਹ ਤਾਂ ਤੁਹਾਡਾ ਆਪਣਾ ਵੀ ਫਰਜ਼ ਬਣਦਾ, ਕੋਈ ਸਾਡੇ ਤੁਹਾਡੇ ਸਾਡੇ ਜੋ ਵੀ ਜਾ ਸਕਦਾ ਉਹ ਨੌਕਰੀ ਦਿਓ ਮੁੰਡਿਆਂ ਨੂੰ ਜਿਹਨੂੰ ਉਹ ਕਹਿੰਦੇ ਆ ਉਹ ਲਗਾ ਕੇ ਦੇ ਦੇ, ਠੀਕ ਹੈ। ਸੂਰਜ ਕੋਤਲਾ ਹੈ ਜੀ, ਇਹ ਬਾਹਰ ਵਿਦੇਸ਼ ਭੱਜਣਾ ਹੈ, ਕ੍ਰਾਈਮ ਕੀਤਾ ਵੱਡਾ, ਸੂਰਜ ਗੋਸਲਾ ਸੂਰਜ ਗੋਸਲਾ ਇੱਕ ਰੇਖਾ ਮੈਂ ਤੈਨੂੰ 30 ਦਿਨ ਦਾ ਦੇ ਦਿਓ, ਕੀ ਦੇਣਾ ਦੇ ਦਿਓ ਸੂਰਜ ਨੂੰ ਵੀ ਦੇ ਦਿਓ ਵਾਟਰ ਸਪਲਾਈ ਇਹਦਾ ਜਿਹੜੇ ਨਹੀਂ ਇਹਦਾ ਮੇਰਾ ਸਵਾਲ ਹੈਗਾ ਵਾਟਰ ਸਪਲਾਈ ਵਾਲਿਆਂ ਦਾ ਸੀਵਰੇਜ ਬੋਰਡ ਨਾਲ ਪਹਿਲਾਂ ਇੱਕ ਵਾਰ ਟਿਊਬ ਦਾ ਕਰ ਲੈਂਦੇ ਜਿੱਥੇ ਆਪਾਂ ਪੰਜਾਬ ਦੇ ਵਿੱਚ ਪਾਣੀ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਾਂ ਪਾਣੀ ਟ੍ਰੀਟਮੈਂਟ ਕਰਕੇ ਐਸਟੀਪੀ ਤੇ ਇੰਨੇ ਪੈਸੇ ਲਾ ਕੇ ਬੇਚ ਸਿੱਟੀ ਜਾਂਦੇ ਹਾਂ। ਮੇਰੀ ਬੇਨਤੀ ਉੱਥੇ ਇੱਕ ਇੱਦਾਂ ਦਾ ਪ੍ਰਬੰਧ ਸੀਵਰੇਜ ਬੋਰਡ ਨੂੰ ਹੁਕਮ ਕਰੋ ਕਿ ਇੱਦਾਂ ਦਾ ਪ੍ਰਬੰਧ ਕਰੇ, ਜਿਹੜੀਆਂ ਸਾਡੀਆਂ ਗੱਡੀਆਂ ਸੀਵਰ ਖੋਲਦੀਆਂ ਟੈਂਕੀ ਭਰਦੀਆਂ
ਜਾਂ ਸਾਡੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਮ ਸੇ ਕਮ ਉਹ ਤਾਂ ਪਾਣੀ ਉੱਥੋਂ ਲੈ ਆਉਂਦੇ ਲੈ ਆਉਂਦੇ ਕਮ ਸੇ ਕਮ ਆਪਾਂ ਸ਼ਹਿਰ ਦੇ ਵਿੱਚ ਪਾਣੀ ਥੋੜਾ ਬਚਾ ਸਕਦੇ ਹਾਂ ਮੇਰੀ ਬੇਨਤੀ ਹੈ ਨਹੀਂ ਨਹੀਂ ਆਪਾਂ ਲੱਗ ਜਾਣ ਉਹ ਪਾਣੀ ਰਾਏ ਬਗਾਏ ਰਾਤਾਂ ਨੂੰ ਵੀ ਛੱਡਦੇ ਹੀ ਆ ਉਹ ਸਾਫ਼ ਪਾਣੀ ਇਹਨਾਂ ਦੇ ਗੱਡੀਆਂ ਚ ਸੀਵਰ ਵਾਲੀਆਂ ਗੱਡੀਆਂ ਉੱਥੋਂ ਭਰਨ ਤਾਂ ਹੀ ਪਾਣੀ ਬਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਰਦੀਆਂ ਸਾਡੇ ਟਿਊਬਲਾਂ ਤੋਂ ਸਾਡੇ ਟਿਊਬਲਾਂ ਤੋਂ ਅਸੀਂ ਚਾਹੁੰਦੇ ਐਸ ਟੀ ਪੀ ਤੋਂ ਭਰਾਓ ਜਿਹੜਾ ਪਾਣੀ ਸਾਫ਼ ਕਰਕੇ ਆਪਾਂ ਬੀਜ ਸਿੱਟਦੇ ਉਹ ਭਰ ਕੇ ਲਿਆਓ ਕਿਉਂਕਿ ਉਹ ਤਾਂ ਸਿਗੜੇ ਖੋਲਣਾ ਨਾ ਉਹਦੇ ਨਾਲ ਭਾਜੀ ਏਦਾਂ ਆ ਵੈਸੇ ਤਾਂ ਗਵਰਨਮੈਂਟ ਨੇ ਜਿਹੜੀ ਐਨ ਜੀ ਪੀ ਨੇ ਇੰਸਟ੍ਰਕਸ਼ਨ ਕੀਤੀਆਂ ਨੇ ਜਿਹੜੀ ਕੰਸਟਰਕਸ਼ਨ ਹੋਣੀ ਉਹਨੇ ਵੀ ਪਾਣੀ ਉੱਥੋਂ ਹੀ ਲੈਣਾ ਚਲੋ ਫਿਰ ਪ੍ਰਬੰਧ ਕਰੋ ਪਾਣੀ ਨਹੀਂ ਲੈਣਾ ਸਰ ਵੀ ਤੁਸੀਂ ਕਰਨਾ ਪ੍ਰਬੰਧ ਕਰਾ ਦਿਓ ਕੰਸਟਰਕਸ਼ਨ ਵਾਲੇ ਦੀ ਤਾਂ ਬੇਨਤੀ ਹੈ ਕੰਸਟਰਕਸ਼ਨ ਵਾਲੇ ਨੂੰ ਤੁਸੀਂ ਮਤਾ ਪਾ ਦਿਓ ਜਿੱਥੇ ਸਰਕਾਰ ਨਵੀਆਂ ਨਹਿਰਾਂ ਬਣਾਉਂਦੀ ਪਈ ਆ ਕਿ ਆਪਾਂ ਪਾਣੀ ਜਿਹੜਾ ਟਿਊਬਲ ਜਿਹੜਾ ਨੀਵਾਂ ਜਾ ਰਿਹਾ ਉਹਨੂੰ ਆਪਾਂ ਲੈਵਲ ਤੇ ਕਰਨਾ ਜਿੱਥੇ ਸਰਕਾਰ ਇੰਨੀ ਮਿਹਨਤ ਕਰਦੀ ਸਾਡੀ ਵੀ ਬੇਨਤੀ ਹੈ ਕਿ ਆਪਾਂ ਥੋੜਾ ਜਿਹਾ ਨਵਾਂ ਸ਼ਹਿਰ ਦੀ ਕਮੇਟੀ ਵੀ ਉਪਰਾਲਾ ਕਰ ਲਵੇ ਪਾਣੀ ਬਚਾਉਣ ਦਾ ਗੱਲ ਉਹ ਤਾਂ ਹੁਣ ਕਮੇਟੀ ਨੇ ਨਹੀਂ ਕਰਨਾ ਪਾਣੀ ਦਾ ਬਚਾਓ ਮੈਂ ਤੁਹਾਡਾ ਧੰਨਵਾਦ ਕਰਦਾ ਸਰਕਾਰ ਦਾ ਹਲਕ ਇੰਚਾਰਜ ਦਾ ਐਮ ਐਲ ਏ ਸਾਹਿਬ ਯੂ ਸਾਹਿਬ ਸਾਰੀ ਪ੍ਰਸ਼ਾਸਨ ਕਮੇਟੀ ਸਾਰੇ ਐਮ ਸੀ ਦਾ ਧੰਨਵਾਦ ਕਰਦਾ ਕਿ ਜਿਹੜਾ ਡੰਪ ਚ ਮਿੱਟੀ ਪਾ ਕੇ ਉੱਤੇ ਬੂਟੇ ਲਵਾ ਕੇ ਤੁਸੀਂ ਉਹਨੂੰ ਘਾਹ ਲਾ ਕੇ ਉਹਨੂੰ ਗਾਰਡਨ ਜਿਹਾ ਬਣਾ ਰਹੇ ਆ ਉਹਦੇ ਤੁਹਾਡਾ ਧੰਨਵਾਦ ਆ ਸਾਡਾ ਜਿਹੜਾ ਏਰੀਆ ਸਲੰਬ ਜਿਹਾ ਉਹ ਤੁਹਾਨੂੰ ਸਲਾਮ ਕਰੂੰਗਾ ਫਿਰ ਤਾਂ ਮੈਂ ਖੜੂੰਗਾ ਬੜੀ ਖੁਸ਼ੀ ਦੀ ਗੱਲ ਆ ਉਹਨੂੰ ਹੁਣ ਡੰਪ ਨਾ ਬਣਾਏ ਉੱਤੇ ਮਿੱਟੀ ਜਿਹਦਾ ਬੂਟੇ ਲੱਗੇ ਇੱਧਰ ਵੀ ਤੁਹਾਡੇ ਇਸ ਲਈ ਤੁਹਾਡਾ ਮੈਂ ਤਹਿ ਦੇ ਧੰਨਵਾਦੀ ਹਾਂ ਮੱਖਣ ਜੀ ਦਾ ਖਾਸ ਕਰਕੇ ਇਹਨਾਂ ਨੇ ਬੜਾ ਸਹਿਯੋਗ ਦਿੱਤੇ ਇਹਨਾਂ ਦੇ ਧੰਨਵਾਦੀ ਆ ਇੱਥੋਂ ਰੋਗ ਗਨ ਚੱਕਿਆ ਗਿਆ ਤੁਹਾਨੂੰ ਸਾਰੇ ਹੋਸ ਨੂੰ ਦੱਸਣਾ ਚਾਹੁੰਦਾ ਉੱਪਰ ਉੱਪਰ ਆਉਣਾ ਨਾਲ ਓਦਾਂ ਮੇਰੇ ਨਾਲ ਇਹ ਆਪਣੇ ਆਪ ਨਾਲ ਲੇਗਾ ਬਾਕੀ ਮੈਨੂੰ ਕੀ ਫਾਇਦਾ ਕਿਹਦੇ ਨਾਲ ਆ ਚਲੋ ਇੱਕ ਜੀ ਬਾਕੀ ਵੀ ਕਰ ਦਿਓ ਪਾਸ ਠੀਕ ਹੈ ਅੱਛਾ ਇੱਕ ਬੇਨਤੀ ਹੈ ਕਿ ਜਿਹੜਾ ਟਿਊਬਵੈਲ ਦਾ ਐਸਟੀਮੇਟ ਬਣ ਕੇ ਆਇਆ ਇੱਕ ਟੇਬਲ ਆਈਟਮ ਚ ਪਾ ਲਓ ਉਹ ਜਿਹੜਾ ਕਿ ਤੁਹਾਡੇ ਜੱਟਾ ਮਹੱਲੇ ਵਾਲਾ ਦੇ ਕੋਲੋਂ ਬੈਠਣ ਲੱਗਾ ਜੀ ਉਹਦਾ ਉਹਨਾਂ ਨੇ ਐਕਸੀਅਨ ਨੂੰ ਕਿਹਾ ਸੀ ਵੀ ਤੂੰ ਐਸਟੀਮੇਟ ਬਣਾ ਕੇ ਭੇਜ ਦੇ ਇਹਦੀ ਲੈਂਥ ਪੈਂਦੀ ਪਈ ਹੈ ਜ਼ਿਆਦਾ ਮਤਲਬ ਤੁਸੀਂ ਜਗ੍ਹਾ ਮਿਲਦੀ ਪਈ ਮੰਜੀ ਸਾਹਿਬ ਗੁਰਦੁਆਰੇ ਦੇ ਕੋਲ ਉਹ ਦਊਗੇ ਤੁਸੀਂ ਕਰਾ ਕੇ ਦਊਗੇ ਅਸੀਂ ਦੇਖ ਲਾਂਗੇ ਜਿੱਥੇ ਵੈਸੇ ਤਾਂ ਕਮੇਟੀ ਦੀ ਵੀ ਜਗ੍ਹਾ ਉੱਥੇ ਪਈ ਆ ਉਹਦੇ ਰਿਕਾਰਡ ਕਢਾ ਲਓ ਮੈਂ ਜੀ ਉਹ ਸਾਹਿਬ ਦੇਖ ਲਿਓ ਇੱਕ ਟਿਊਬਵੈਲ ਨਵਾਂ ਜਿਹੜਾ 59,82,000 ਅਮਾਊਂਟ ਲਿਖ ਲਾ ਠੇਕਾ ਦੇਣਾ ਸੀਗਾ 80,00,000 ਮੱਕੜ ਜੀ ਜਿਹੜਾ ਤੁਸੀਂ ਕਹਿੰਦੇ ਸੀਗੇ ਜੋ ਵੀ ਕਰਾਣਾ ਕਰਾ ਕੇ ਇਹਦਾ ਟੈਂਡਰ ਲਾ ਲਓ ਤਾਂ ਕਿ ਮਤਲਬ ਮੁਸ਼ਕਲ ਨਾ ਹੋਵੇ ਜੋ ਵੀ ਆ ਜੋ ਤੁਹਾਡਾ ਬਣਦਾ ਸੀ ਇਹ ਨੀ ਕਹਿੰਦੇ ਤੁਸੀਂ ਆਪਣੇ ਥੱਲੇ ਤੁਹਾਡੇ ਕੋਲ ਪਾਵਰ ਕਿਹੜੀ 50,000
ਦੋਸਤੀ ਕਰਾ ਲਿਓ ਆਨਲਾਈਨ ਕਰਾ ਲਓ ਓਹਨੂੰ ਕਹਿ ਕੇ ਕਰਾ ਲਓ ਇਹ ਕਰਾ ਦੋ ਜੀ ਜਰੂਰੀ ਆ ਤੇ ਬਾਕੀ ਸੀਵਰਮੈਨ ਛੇ ਸੀਵਰਮੈਨ ਪੜ੍ਹ ਕੇ ਸੁਣਾ ਦੁਬਾਰਾ ਰਿਪੋਰਟ ਹੈ ਕਿ ਸ਼ਹਿਰ ਦੀ ਹਦੂਦ ਅੰਦਰ ਲਗਭਗ 1,00,000 ਮੀਟਰ ਸੀਵਰ ਹੈ। ਠੀਕ ਹੈ, ਦੋ ਅਸਾਮੀਆਂ ਖਾਲੀ ਆ, ਦੋ ਤਾਂ ਖਾਲੀ ਹੋ ਗਈਆਂ। ਠੀਕ ਹੈ, ਦੋ ਫਿਲਕਾਨੀਆਂ ਚਾਰ ਦੋ ਨਵੇਂ ਦੋ ਜੀ ਇਹਨਾਂ ਸੁਣੋ ਇਹ ਇੱਕ ਕੇਸ ਜਦੋਂ ਚੀਫ ਸੈਕਟਰੀ ਸਾਹਿਬ ਦੀ ਮੀਟਿੰਗ ਸੀ ਸਰ ਇਹਦੇ ਵਿੱਚ ਇਹ ਡਿਸਕਸ ਹੋਇਆ ਸੀ ਕਿ ਤੁਸੀਂ ਸੀਵਰਮੈਨ ਹੋਰ ਰੱਖੋ ਕਿ ਤੁਹਾਡੇ ਸੀਵਰ ਸ਼ਹਿਰ ਦੇ ਬੜੇ। ਠੀਕ ਹੈ ਜੀ, ਪਹਿਲਾਂ ਚਾਰ ਸਾਡੇ ਕੋਲ ਪੋਸਟਾਂ ਆਲਰੇਡੀ ਖਾਲੀ ਹੈਗੀਆਂ, ਉਹ ਕਹਿੰਦੇ ਚਾਰ ਹੋਰ ਰੱਖ ਲਓ ਏਡੀਸੀ ਸਾਹਿਬ ਤੇ ਡੀਸੀ ਸਾਹਿਬ ਦੇ ਨਾਲ ਡਿਸਕਸ਼ਨ ਕਹਿੰਦੇ ਪ੍ਰਵਾਨਗੀ ਅਸੀਂ ਦੇ ਦਿੰਦੇ। ਚਾਰ ਹੋ ਗਏ, ਦੋ ਪੁਰਾਣੇ ਰਹਿੰਦੇ ਆ, ਦੇਖੋ ਇੱਕ ਤਾਂ ਮੁੰਡਾ ਡਿਲੇਅਰੀ ਹੋਣ ਲੱਗਾ ਹੋਰ ਦੋ ਰਹਿੰਦੇ ਆ, ਚਾਰ ਰੱਖ ਲਓ। ਦੋ ਫਿਲ ਕਰਨੇ ਆ, ਖਾਲੀ ਪੋਸਟਾਂ ਪਈਆਂ, ਚਾਰ ਫਿਲ ਕਰਨੇ, ਚਾਰ ਅੱਠ ਹੋ ਗਏ ਨਾ, ਅੱਠ ਚਾਰ ਖਾਲੀ ਹੈ। ਉਹ ਇੱਥੇ ਇਹੀ ਕਨਫਿਊਜ਼ਨ ਹੈ, ਜੇ 6 ਨਵੇਂ ਪੋਸਟਾਂ ਕ੍ਰੀਏਟ ਕਰੂੰਗੇ ਤਾਂ 8 ਹੋ ਜਾਣੇ। ਆਪੇ ਦੋ ਹੈਗੇ ਆ, 6 ਅਗਰੀਮੈਂਟ ਕਰ ਲਿਓ ਕਿ ਸਰੀਏ ਨਾਲ ਵੀ ਕੰਮ ਕਰਨਾ ਪੈਣਾ। ਇੱਕ ਜਿਹੜੀ ਮਸ਼ੀਨ ਆਉਣ ਲੱਗੀ ਆ ਜਿਹੜੀ ਉਹ ਰੋਪੜ ਰੋਪੜ ਤੋਂ, ਜੇ ਉਹ 7 ਦਿਨ ਆਉਣ ਲੱਗੀ ਆ ਤਾਂ ਪਲੀਜ਼ ਉਹਦਾ 7 ਦਿਨ ਪੂਰਾ। ਹਾਂ, ਦੂਜੀ ਇੱਕ ਪੁਆਇੰਟ ਜਿਹੜਾ ਤੁਹਾਨੂੰ ਕਰਨ ਵਾਲਾ, ਦੇਖੋ ਅਸੀਂ ਠੇਕੇਦਾਰ ਨੂੰ ਪੈਸੇ ਦੇਣੇ ਜੀ, ਉਹਦਾ ਮੈਡਮ ਆਪਾਂ ਪੈਸੇ ਦੇਣੇ ਠੇਕੇਦਾਰ ਨੂੰ, ਉਹ ਤੁਹਾਡਾ ਜਿਹੜਾ ਠੇਕੇਦਾਰ ਆ ਰੋਜ਼ 11 ਵਜੇ ਉਹਨਾਂ ਦੀਆਂ ਗੱਡੀਆਂ ਕਿਸੇ ਪਾਸੇ ਨੂੰ ਤੁਰਦੀਆਂ, ਰੋਜ਼ 3 ਦਿਨ ਹੋ ਗਏ ਮੈਨੂੰ ਦੇਖਦੇ ਨੇ, ਬਹਾਨਾ ਮਾਰਦੇ ਆ। ਮੈਂ ਉਹਨਾਂ ਨੂੰ ਕਹੋ ਸ਼ਾਮ ਨੂੰ ਪਾਣੀ ਭਰ ਕੇ ਰੱਖਣ, ਜਦੋਂ ਵਾਪਰ ਜਾਣ ਪਾਣੀ ਭਰ ਕੇ ਰੱਖਣ ਸਵੇਰੇ 8 ਵਜੇ। ਕਿਸੇ ਨਾ ਕਿਸੇ ਅਫਸਰ ਦੀ ਡਿਊਟੀ ਹੋਵੇ ਜੀ, ਉਹਦਾ ਵੀ ਜਿਹੜਾ ਉਹਨਾਂ ਦੇ ਮਗਰ ਉੱਥੇ, ਉਹਨਾਂ ਨੂੰ ਕਹੋ ਵੀ ਜਿੱਦਾਂ ਪਾ ਹਾਜ਼ਰੀ ਮਤਲਬ ਵੀਡੀਓ ਕਾਲ ਕਰ ਵੀ 8:00 ਆਪਾਂ ਸ਼ੁਰੂ ਕਰਤਾ ਜੀ। ਦੋ ਮਿੰਟ ਉਹੀ ਸੁਪਰਵਾਈਜ਼ਰ ਇਹ ਕਹਿੰਦੇ ਦੇਖੋ 8-9 ਵਜੇ ਉੱਥੋਂ ਚੱਲਦੇ ਆ, 11 ਵਜੇ ਪੁਆਇੰਟ ਤੇ ਪਹੁੰਚਦੇ ਆ, 1 ਵਜੇ ਰੋਟੀ ਖਾਣ ਲੱਗ ਪੈਂਦੇ। ਇਹ ਜੋ ਜਿਹੜੇ ਅਸੀਂ ਉਹਨਾਂ ਨੂੰ ਪੈਸੇ ਦੇਣੇ ਆ, ਅਸੀਂ ਫ੍ਰੀ ਚ ਨੀ ਉਹਨਾਂ ਕੋਲ ਕੰਮ ਕਰਾਉਣਾ, ਉਹਨਾਂ ਤੇ ਤੁਸੀਂ ਸਖਤੀ ਕਰੋ ਜੀ, ਉਹ ਤਾਂ ਹੋਣੀ ਚਾਹੀਦੀ ਸਖਤੀ। 11 ਵਜੇ ਚੰਡੀਗੜ੍ਹ ਰੋਡ ਤੇ ਪਾਣੀ ਭਰਨ ਗਏ ਹੁੰਦੇ ਆ, ਜੋ ਉਹਦਾ ਫਾਇਦਾ ਕੀ ਹੈ ਜੀ? ਫਿਰ ਸਵੇਰੇ ਸਵੇਰੇ ਜਿਹੜੇ 2-3 ਘੰਟੇ ਕੰਮ ਹੋਏ ਨਾ, ਧੁੱਪ ਚ ਤਾਂ ਹੁੰਦਾ ਵੀ ਨੀ ਹੁੰਦਾ। ਪਾਣੀ ਪਿਲਾਉਣ ਵਾਲਾ ਤਾਂ ਹੁੰਦਾ ਨਹੀਂ, ਕੋਈ ਮੁਲਾਜ਼ਮ ਨੀ ਹੁੰਦਾ ਇੱਥੇ, ਵਿਆਹ ਵਾਲੀਆਂ ਕੋਈ ਨੀ ਹੁੰਦਾ, ਤੇਰਾ ਤਾਂ ਕਿਹਾ ਇਹਦੀ ਅਲੱਗ ਅਲੱਗ ਪਾਰਟੀ, ਇਹਨੂੰ ਨਾ ਪੁੱਛੋ, ਕੋਈ ਨੀ ਹੁੰਦਾ ਮੁਲਾਜ਼ਮ। ਐਮਐਲਏ ਸਾਹਿਬ ਹੁਣੇ ਹੀ ਹੋਇਆ 2 ਵਾਰ, ਇੱਥੇ ਪਹਿਲਾਂ ਕੁਛ ਨੀ, ਪਹਿਲਾਂ ਬੜਾ ਵਧੀਆ ਚੱਲਦਾ ਸੀ ਸਾਰਾ ਕੁਛ ਚੱਲਦਾ ਸੀ, ਕਿਸੇ ਨੂੰ ਕਹਿਣ ਦੀ ਲੋੜ ਹੀ ਨੀ ਪੈਂਦੀ ਸੀ, ਇਹਦਾ ਹੁਣੇ ਹੀ ਕੋਈ ਹੋਇਆ, ਪਹਿਲਾਂ ਕਹਿਣ ਦੀ ਲੋੜ ਹੀ ਨੀ ਪੈਂਦੀ ਸੀ। ਪਹਿਲਾਂ ਤੁਸੀਂ ਯਕੀਨ ਮੰਨਿਓ ਤੇ 3-3 ਮਿੰਟ ਵਿੱਚ ਮੀਟਿੰਗ ਹੁੰਦੀ ਰਹੀ ਹੈ ਸਾਡੀ, 3-3 ਮਿੰਟ ਦੇ ਵਿੱਚ ਇਹ ਨਹੀਂ ਸੀ ਕਿਸੇ ਦੀ ਸ਼ਿਕਾਇਤ ਮੇਰੀ ਬੱਤੀ ਖਰਾਬ ਆ,
ਕਦੀ ਇਹ ਨੀ ਕਹਿੰਦੀ ਸ਼ਿਕਾਇਤ ਹੁੰਦੀ ਮੇਰਾ ਸੀਵਰੇਜ ਬੰਦ ਆ, ਇਹ ਤਾਂ ਹੁੰਦਾ ਹੈ 2 ਸਾਲ ਤੋਂ ਲਗਾਇਆ ਸਰ। ਬੀਬੀ ਬੱਤੀ ਵਾਲਿਓ ਆ ਜਾਓ ਹੁਣ ਤੇ ਬੰਦ ਕਰ ਚਾਹ ਲਿਆ ਹੁਣ ਪਤਾ ਕੀ ਆ ਕੀ ਆ ਜੀ ਇੱਕ ਮਿੰਟ ਇੱਕ।